स्वागत है जी एक बार फिर आप सब दा अज दे रिलीजियस सैगमेंट विच। पिछले हफ्ते असीं तुहाडे नाल स्वर्ग नरक आवागमन कर्म फिलोसफी इस कॉन्सैप्ट दे विच गलबात शुरू की सी ते मेरा साथ दे रहे सन भाई साहब भाई जसबीर सिंह जी जिहड़े कि गुरद्वारा साहिब अकाली सिंह सोसायटी वैंकूवर विच मुख सेवादार वजों सेवा निभा रहे ने। ਇਹ ਕਨਸੈਪਟ ਦੇ ਵਿੱਚ ਬਹੁਤ ਸਾਰੀ ਕਨਫਿਊਜ਼ਨ ਹੈ ਜਿਸ ਨੂੰ ਕਿ ਕਲੈਰੀਫਿਕੇਸ਼ਨ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਨੇ। ਗੁਰਬਾਣੀ ਇਸ ਦੇ ਉੱਤੇ ਕੀ ਸਾਨੂੰ ਉਪਦੇਸ਼ ਕਰਦੀ ਹੈ, ਗੁਰੂ ਸਾਹਿਬ ਨੇ ਸਾਨੂੰ ਕੀ ਕਿਹਾ ਕਰਮ ਫਿਲੋਸਫੀ ਬਾਰੇ, ਜਿਸ ਬਾਰੇ ਅਸੀਂ ਪਿਛਲੇ ਹਫ਼ਤੇ ਜ਼ਿਕਰ ਕਰ ਰਹੇ ਸੀ, ਆਓ ਕੁਝ ਹੋਰ ਜਾਣਕਾਰੀ ਲੈਂਦੇ ਹਾਂ। ਜੈ ਹਨੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕਰਮ ਫਿਲੋਸਫੀ ਦੀ ਗੱਲਬਾਤ ਚੱਲ ਰਹੀ ਸੀ ਜੀ ਕਿ ਕਰਮਾਂ ਅਨੁਸਾਰ ਹੀ ਜੋ ਇੱਕ ਪ੍ਰਚਲਿਤ ਸੋਚ ਹੈਗੀ, ਕਰਮਾਂ ਅਨੁਸਾਰ ਹੀ ਤੁਹਾਡਾ ਜੋ ਕੁਝ ਤੁਸੀਂ ਜੀਵਨ ਵਿੱਚ ਕਰਦੇ ਹੋ ਰਿਹਾ ਹੈ। ਅਤੇ ਤੁਸੀਂ ਬੜੇ ਸਾਰੇ ਐਗਜ਼ਾਮਪਲਸ ਦਿੱਤੇ ਸੀ ਕਿ ਨਹੀਂ, ਇਹ ਇੱਕ ਪ੍ਰਚਲਿਤ ਸੋਚ ਹੈ, ਗੁਰਬਾਣੀ ਦੇ ਬਾਰੇ ਇਹ ਨਹੀਂ ਕਹਿੰਦੀ। ਸੋ ਗੁਰਬਾਣੀ ਦਾ ਕੀ ਮੁੱਖ ਸਾਰ ਹੈਗਾ ਜੀ? ਹਾਂਜੀ, ਅਤੇ ਗੁਰਬਾਣੀ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਹੋਰ ਜਿਹੜੇ ਇਹਦੇ ਨਾਲ ਸੰਬੰਧਿਤ ਜਿਹੜੇ ਨੁਕਤੇ ਆ ਉਹ ਸਾਂਝੇ ਕਰ ਲਵਾਂ ਸਿੱਖੀ ਵਿੱਚ ਕਿ ਦੇਖੋ, ਗੁਰਬਾਣੀ ਇਹ ਮੰਨਦੀ ਆ ਕਿ ਅਸੀਂ ਜੋ ਕਰਮ ਕਰਦੇ ਹਾਂ ਉਹ ਸਾਨੂੰ ਹੀ ਪ੍ਰਭਾਵਿਤ ਨਹੀਂ ਕਰਦੇ ਜੀ, ਆਲੇ ਦੁਆਲੇ ਨੂੰ ਵੀ ਪ੍ਰਭਾਵਿਤ ਕਰਦੇ ਆ। ਔਰ ਗੁਰਬਾਣੀ ਦਾ ਜਿਹੜਾ ਕਰਮ ਕਨਸੈਪਟ ਆ ਜਿਹੜਾ ਉਹ ਬਹੁਤ ਹੀ ਵਿਗਿਆਨਕ ਆ ਜੀ, ਉਹਦੇ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਸਾਨੂੰ ਦੇਖੋ, ਅਸੀਂ ਕੋਈ ਵੀ ਕੰਮ ਕਰਦੇ ਹਾਂ ਜੀ, ਉਹ ਕੇਵਲ ਮੈਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਉਹ ਮੇਰੇ ਪਰਿਵਾਰ ਨੂੰ ਵੀ ਕਰਦਾ, ਚੌਗਿਰਦੇ ਨੂੰ ਵੀ ਕਰਦਾ। ਠੀਕ, ਇਹ ਡਿਪੈਂਡ ਕਰਦਾ ਕਿ ਕੋਈ ਬੰਦਾ ਉਹਦਾ ਕੀ ਸਟੈਟਸ ਆ। ਜਿੰਨਾ ਵਧੇਰੇ ਜ਼ਿੰਮੇਵਾਰ ਆ ਉਹਨਾਂ ਵਧੇਰੇ ਉਹਦੇ ਕੰਮ ਦਾ ਜਿਹੜਾ ਪ੍ਰਤੀਕਰਮ ਆ ਜੀ ਉਹ ਜ਼ਿਆਦਾ ਜਿਹੜਾ ਹੋ ਰਿਹਾ, ਉਹਦੇ ਨਾਲ ਜ਼ਿਆਦਾ ਲੋਕ ਪ੍ਰਭਾਵਿਤ ਹੋ ਰਹੇ ਆ। ਈਵਨ ਅਸੀਂ ਨਹੀਂ ਬਲਕਿ ਅਸੀਂ ਹੋਰ ਜੋ ਕੋਈ ਚੌਗਿਰਦਾ ਜੋ ਕੁਝ ਹੋ ਰਿਹਾ ਉਹਦੇ ਨਾਲ ਸਾਰਾ ਕੁਝ ਅਸੀਂ ਪ੍ਰਭਾਵਿਤ ਹੁੰਦੇ ਹਾਂ। ਇਸ ਲਈ ਸਾਨੂੰ ਗੁਰਬਾਣੀ ਨੇ ਗੱਲ ਸਮਝਾਈ ਜੀ ਕਿ ਦੇਖੋ, ਜਿਹੜਾ ਬੰਦਾ ਜਿਹੜਾ ਉਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆ। ਅਸੀਂ ਇਕੱਲੇ ਹੁੰਦੇ ਹੋਏ ਵੀ ਇਕੱਲੇ ਨਹੀਂ ਗੇ ਜੀ, ਅਸੀਂ ਇੱਕ ਦੂਜੇ ਨਾਲ ਜੁੜੇ ਹੋਏ, ਇੱਕ ਦੂਜੇ ਨਾਲ ਪ੍ਰਭਾਵਿਤ ਕਰਦੇ ਹਾਂ। ਠੀਕ, ਅੱਜ ਤੋਂ ਜਿਹੜੇ ਕਈ ਹਜ਼ਾਰਾਂ ਸਾਲ ਪਹਿਲਾਂ ਕਿਸੇ ਨੇ ਜੋ ਕਰਮ ਕੀਤਾ ਹੋਇਆ ਉਹਦਾ ਫਲ ਅੱਜ ਤੱਕ ਭੁਗਤ ਰਹੇ ਹਾਂ। ਜਿੱਦਾਂ ਉਦਾਹਰਨ ਵਜੋਂ ਜੇ ਮੰਨ ਲਓ ਧਾਰਮਿਕ ਖੇਤਰ ਵੱਲ ਹੀ ਆਉਂਦੇ ਹਾਂ ਜੀ, ਕਿ ਜੇਕਰ ਸਾਡੇ ਪੂਰਵਜਿਆਂ ਨੇ ਆਖ ਦਿੱਤਾ ਕਿ ਸ਼ੂਦਰ ਜਿਹੜੇ ਆ ਇਹਨਾਂ ਨੂੰ ਧਰਮ ਮੰਦਰਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ, ਸਦੀਆਂ ਪਹਿਲਾਂ ਆਖਿਆ, ਇੱਕ ਬੰਦੇ ਨੇ ਆਖਿਆ ਜੀ, ਔਰ ਅੱਜ ਤੱਕ ਉਹਦਾ ਪ੍ਰਭਾਵ ਪੈ ਰਿਹਾ ਕਿ ਕਈ ਥਾਂ ਜਿਹੜੇ ਮੰਦਰਾਂ ਵਿੱਚ ਨਹੀਂ ਜਾਣ ਦਿੱਤਾ ਜਾਂਦਾ, ਈਵਨ ਕਈ ਜਿਹੜੇ ਗੁਰਦੁਆਰੇ ਆ, ਕਈ ਜਿਹੜੇ ਪਿੱਛੇ ਜੀ ਬਠਿੰਡੇ ਵਿੱਚ ਗੱਲ ਚੱਲੀ ਸੀਗੀ, ਡੇਰਾ ਕਿਸੇ ਦਾ, ਉੱਥੇ ਜਿਹੜਾ ਸੀਗਾ ਉਹ ਜਿਹੜੇ ਈਵਨ ਉਹ ਸਿੱਖ ਪਰਿਵਾਰ ਆ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀਗੀ। ਰਾਈਟ, ਬਹੁਤ ਕਰਮ ਇੱਕ ਬੰਦੇ ਨੇ ਕੀਤਾ ਸੀਗਾ, ਇੱਕ ਬੰਦੇ ਨੇ ਮੂੰਹ ਗੱਲ ਕੀਤੀ ਆਖੀ ਆ, ਪਰ ਉਹਦਾ ਜਿਹੜਾ ਅਸਰ ਅੱਜ ਤੱਕ ਬੰਦੇ ਦੇ ਭੁਗਤ ਰਹੇ ਹਾਂ ਅਸੀਂ। ਠੀਕ, ਕਈ ਜਿਹੜੀਆਂ ਰਸਮਾਂ ਰਿਵਾਜ਼ ਆ, ਕਈ ਹੋਰ ਇਹੋ ਜਿਹੀ ਸੋਚ ਜਿਹੜੀ ਆ ਜੀ ਉਹ ਕਿਸੇ ਇੱਕ ਬੰਦੇ ਦੇ ਦਿਮਾਗ ਦੀ ਕਾਢ ਸੀਗੀ, ਜਿਹੜਾ ਐਡੀਸਨ ਨੇ ਜਿਹੜੀ ਆ ਬਲਬ ਬਣਾਇਆ। ਰਾਈਟ, ਉਹ ਇੱਕ ਬੰਦੇ ਨੇ ਬਣਾਇਆ, ਪਰ ਲੱਖਾਂ ਕਰੋੜਾਂ ਅਰਬਾਂ ਲੋਕਾਂ ਨੇ ਲਾਭ ਉਠਾਇਆ। ਰਾਈਟ, ਕਰਮ ਤਾਂ ਇੱਕ ਉਹਨੇ ਕੀਤਾ ਸੀਗਾ ਜੀ, ਇਸ ਤਰ੍ਹਾਂ ਦਾ ਆਈਟਮ ਬੰਬ ਬਣਾਇਆ ਜਾਂ ਉਹ ਇੱਕ ਬੰਦੇ ਨੇ ਬਣਾਇਆ, ਉਹਦੇ ਨਾਲ ਜਿਹੜੇ ਬੰਦੇ ਸੀਗੇ, ਪਰ ਸੋਚਦੇ ਇੱਕ ਬੰਦੇ ਦੀ ਸੀਗੀ ਜੀ, ਪਰ ਜਿਹੜਾ ਉਹ ਸੁੱਟੇ ਗਏ ਉਹਦਾ ਨੁਕਸਾਨ ਜਿਹੜਾ ਜਾਪਾਨ ਵੀ ਸੁੱਟੇ ਗਏ ਆ, ਨਾਗਾਸਾਕੀ ਜਾਂ ਹੀਰੋਸ਼ਿਮਾ ਤੇ, ਉਹਦਾ ਅਸਰ ਜਿਹੜਾ ਅੱਜ ਤੱਕ ਉੱਥੇ ਪੈ ਰਿਹਾ। ਬਿਲਕੁਲ, ਤੁਸੀਂ ਸਾਹ ਲਓ ਕਿ ਕਰਮ ਕਿਹਨਾਂ ਨੇ ਕੀਤਾ ਔਰ ਅੱਜ ਤੱਕ ਭੁਗਤ ਰਹੇ ਆ, ਉਹਦੇ ਮੇਰਾ ਕੀ ਲੈਣ ਦੇਣਾ? ਰਾਈਟ, ਜਿਹੜੇ ਉੱਥੇ ਜਨਮੇ ਆ ਵਿਚਾਰੇ ਉਹਨਾਂ ਦਾ ਕੀ ਲੈਣ ਦੇਣਾ? ਜਿਹਨਾਂ ਦਾ ਕੋਈ ਰਾਜਨੀਤੀ ਨਾਲ ਕਿਸੇ ਦੇਸ਼ ਨਾਲ ਜਿਹਨੂੰ ਪਤਾ ਹੀ ਨਹੀਂ, ਔਰ ਨਵ ਜਨਮੇ ਬੱਚੇ ਅੱਜ ਤੱਕ ਜਿਹੜੇ ਆ ਉੱਥੇ ਪ੍ਰਭਾਵਿਤ ਹੋ ਰਹੇ ਆ। ਬਿਲਕੁਲ, ਇਸੇ ਤਰ੍ਹਾਂ ਜਿਹੜੀ ਭੋਪਾਲ ਕਾਂਡ ਹੋਇਆ ਸੀਗਾ, ਗੈਸ ਕਾਂਡ, ਉੱਥੇ ਜਿਹੜੇ ਅੱਜ ਤੱਕ ਜਿਹੜੇ ਬੱਚੇ ਜਿਹੜੇ ਆ ਉਹ ਪ੍ਰਭਾਵਿਤ ਹੋ ਰਹੇ ਆ ਜੀ। ਇਸ ਲਈ ਬਹੁਤ ਸਾਰੇ ਜਿਹੜੇ ਕਰਮ, ਅਸੀਂ ਇੱਕ ਦੂਜੇ, ਅਸੀਂ ਇੱਕ ਜੁੜੇ ਇਕਾਈ ਹਾਂ, ਅਸੀਂ ਇਕੱਲੇ ਹੁੰਦੇ ਹੋਏ ਵੀ ਅਸੀਂ ਵੱਖਰੇ ਵੱਖਰੇ ਨਹੀਂ ਗੇ, ਸਾਡਾ ਐਕਸ਼ਨ ਦਾ ਦੂਜੇ ਨੂੰ ਪ੍ਰਭਾਵਿਤ ਕਰਦਾ ਜੀ। ਇੱਕ ਤਾਂ ਕਰਮ ਬਾਰੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜੋ ਕੁਝ ਵੀ ਮੈਂ ਕਰਦਾ ਉਹ ਮੈਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਬਲਕਿ ਉਹ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਦਾ। ਜਿਵੇਂ ਮੈਂ ਕਨਫਿਊਜ਼ਨਾਂ ਹੋ ਜਾਣ ਮੇਰੇ ਸੁਣਨ ਵਾਲੇ ਵੀਰ ਭੈਣ ਕਿ ਇਹਦੇ ਪੂਰਵਲੇ ਜਨਮ ਦੀ ਮੇਰੀ ਗੱਲ ਨਹੀਂ ਗੀ, ਹਾਂ ਇਸ ਪੱਖ ਵਿੱਚ ਅਸੀਂ ਲੈ ਸਕਦੇ ਹਾਂ ਕਿ ਜੋ ਮੈਂ ਹੁਣ ਕਰਕੇ ਚਲਾ ਗਿਆ ਤਾਂ ਉਹ ਸਦੀਆਂ ਤੱਕ ਜਿਹੜੀ ਆ ਉਹ ਜਨਰੇਸ਼ਨ ਜਿਹੜੀ ਉਹ ਭੁਗਤੂਗੀ। ਰਾਈਟ, ਜਿਵੇਂ ਜਿਹੜੀਆਂ ਮੈਂ ਉਦਾਹਰਨ ਦਿੱਤੀ ਸ਼ੂਦਰਾਂ ਦੀ, ਠੀਕ, ਜਿਹੜੀ ਆ ਉਹ ਸਦੀਆਂ ਪਹਿਲਾਂ ਕਹਿ ਕੇ ਚਲੇ ਗਏ ਆ, ਟ੍ਰੈਡੀਸ਼ਨ ਬਣ ਕੇ ਉਹ ਚੱਲ, ਪਰ ਜਿਹੜੀ ਆ ਉਹ ਜਿਹੜੀ ਅੱਜ ਤੱਕ ਜੇ ਚਲੀ ਜਾ ਰਹੀ ਆ। ਰਾਈਟ, ਹੋਰ ਕਈ ਜਿਹੜੀ ਅਸੀਂ ਇੱਕ ਦੂਜੇ ਨੂੰ ਨੀਵਾਂ ਸਮਝਦੇ ਹਾਂ, ਜਾਤ ਪਾਤ ਦੀ ਗੱਲ ਆ, ਇਲਾਕਾ ਪ੍ਰਸਤੀ ਆ, ਮੈਂ ਫਲਾਣੀ ਕੁਲ ਦਾ ਬੜਾ ਬੜੀ ਬੜੀ ਕੁਲ ਉੱਚੀ ਆ, ਹੁਣ ਇਹ ਅੱਜ ਤੱਕ ਜਿਹੜੀਆਂ ਉਹਨਾਂ ਲੋਕਾਂ ਉਹਨਾਂ ਨਾਲ ਸੰਬੰਧਿਤ ਆ ਉਹਦਾ ਅਸਰ ਉਹਨਾਂ 'ਤੇ ਦੇਖਣ ਨੂੰ ਮਿਲ ਰਿਹਾ। ਠੀਕ, ਕਰਮ ਤਾਂ ਇੱਕ ਬੰਦੇ ਨੇ ਕੀਤਾ ਸੀਗਾ। ਰਾਈਟ, ਇਸ ਲਈ ਜਿਹੜਾ ਕਰਮ ਅਸੀਂ ਜੋ ਕਰਦੇ ਹਾਂ
ਉਹ ਸਾਨੂੰ ਹੀ ਪ੍ਰਭਾਵਿਤ ਨਹੀਂ ਕਰਦਾ। ਔਰ ਮੈਂ ਫਿਰ ਦੁਹਰਾ ਦੇਵਾਂ ਕਿ ਸਾਨੂੰ ਇਹ ਨਹੀਂ ਕਿ ਸਾਨੂੰ ਅਗਲੇ ਜਨਮ ਤੱਕ ਪ੍ਰਭਾਵਿਤ ਕਰੂਗਾ, ਮੈਨੂੰ ਉਹ ਹੁਣ ਹੀ ਪ੍ਰਭਾਵਿਤ ਕਰੂਗਾ। ਪਰ ਜਿਹੜਾ ਆਲਾ ਦੁਆਲਾ ਹੋ ਸਕਦਾ ਸਦੀਆਂ ਤੱਕ ਉਹਨੂੰ ਪ੍ਰਭਾਵਿਤ ਕਰਦਾ ਰਹੇ। ਇਹ ਡਿਪੈਂਡ ਕਰਦਾ ਕਿ ਮੇਰੀ ਕਿਹੋ ਜਿਹੀ ਹੈਸੀਅਤ ਆ, ਕਿ ਰਾਜਨੀਤਿਕ ਲੋਕਾਂ ਦੇ ਜਿਹਨਾਂ ਲੋਕਾਂ ਕੋਲ ਪਾਵਰ ਆ, ਉਹਨਾਂ ਦੇ ਲਏ ਹੋਏ ਫੈਸਲੇ ਜਿਹੜੇ ਆ ਉਹ ਕਈ ਥਾਂ ਕਈ ਵਾਰ ਦੁਨੀ ਨਰਕ ਬਣਾ ਦਿੰਦੇ ਆ। ਹੁਣ ਜਿੱਦਾਂ 84 'ਚ ਮੰਨ ਲਓ ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਦਾ ਕਤਲ ਹੋਇਆ ਜੀ, ਹੁਣ ਬਾਡੀਗਾਰਡ ਸਿੱਖ ਸੀ, ਮਾਰੀ ਨਹੀਂ ਮਾਰੀ ਵੱਖਰਾ ਸਵਾਲ ਆ, ਪਰ ਕਿੰਨੇ ਸਿੱਖਾਂ ਦਾ ਕਤਲਾਮ ਹੋਇਆ ਜੀ, ਜਿਹਨਾਂ ਵਿਚਾਰ ਨੂੰ ਪਤਾ ਵੀ ਨਹੀਂ, ਜਿਹਨਾਂ ਨੂੰ ਰਾਜਨੀਤੀ ਦਾ ਉੜੇ ਅੜੇ ਦਾ ਵੀ ਪਤਾ ਨਹੀਂ, ਕੋਈ ਦਿਲਚਸਪੀ ਵੀ ਨਹੀਂ ਜੀ, ਔਰ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ। ਹੁਣ ਉਹਨਾਂ ਦਾ ਕੀ ਕਸੂਰ ਸੀਗਾ? ਕਸੂਰ ਇਹ ਸੀਗਾ ਕਿ ਉਹ ਸਿੱਖ ਸੀਗੇ। ਕੀ ਆਖੀ ਕਿ ਉਹ ਪਿਛਲੇ ਜਨਮ ਦੇ ਮਾੜੇ ਕਰਮ ਤਾਂ ਉਹ ਸਿੱਖਾਂ ਦੇ ਘਰ ਜਨਮੇ ਆ, ਦੂਜੇ ਪਾਸੇ ਕਹਿ ਦਿੰਦੇ ਹਾਂ ਕਿ ਜੀ ਸਿੱਖਾਂ ਦੇ ਘਰ ਜਨਮ ਨਾਲ ਬੜੇ ਉੱਤੋਂ ਭਾਗ ਆ, ਪਰ ਇੱਥੇ ਸਿੱਖਾਂ ਜਨਮ ਸਿੱਖ ਹੋਣ ਕਰਕੇ ਮਾਰੇ ਗਏ, ਅੱਜ ਵੀ ਜ਼ਲੀਲ ਹੋ ਰਹੇ ਆ ਜੀ, ਅੱਜ ਵੀ ਜਿਹੜੀਆਂ ਕਈ ਵਧੀਕੀਆਂ ਹੋ ਰਹੀਆਂ ਮਨੋਰਟੀ ਕਰਕੇ ਹੋ ਰਹੀਆਂ ਜੀ। ਹੁਣ ਕੀ ਆਖੀਏ ਕਿ ਮਾੜੇ ਕਰਮ ਸੀਗੇ, ਮਾੜੇ ਕਰਮ ਇਹ ਜਿਹੜਾ ਸਾਨੂੰ ਹੁਣ ਜਿਹੜਾ ਵਰਤਮਾਨ ਸਾਨੂੰ ਇਹਦਾ ਸਾਹਮਣਾ ਕਰਨਾ ਪੈ ਰਿਹਾ, ਰਾਈਟ, ਔਰ ਇਹ ਬੰਦੇ ਦੀ ਅਗਿਆਨਤਾ ਬੇਮੁਕੂਫੀ ਕਾਰਨ ਐਸਾ ਕੁਝ ਹੋ ਰਿਹਾ। ਤੋ ਬੇਨਤੀ ਕਰ ਰਿਹਾ ਸੀ ਕਿ ਅਸੀਂ ਇਕੱਲੇ ਨਹੀਂ ਗੇ ਜੀ, ਸਾਡਾ ਜਿਹੜਾ ਐਕਸ਼ਨ ਆ ਉਹ ਭਾਵੇਂ ਜ਼ੁਬਾਨ ਨਾਲ ਹੀ ਕਰ ਰਹੇ ਹਾਂ, ਭਾਵੇਂ ਹੱਥੀਂ ਕੁਝ ਕਰ ਰਹੇ ਹਾਂ, ਉਹ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਦਾ ਜੀ, ਉਹ ਦੂਜਿਆਂ ਤੋਂ ਅਸੀਂ ਪ੍ਰਭਾਵ ਗ੍ਰਹਿਣ ਕਰਦੇ ਹਾਂ, ਅਸੀਂ ਦੂਜਿਆਂ ਤੋਂ ਪ੍ਰਭਾਵ ਲੈਂਦੇ ਹਾਂ, ਠੀਕ ਹੈ। ਔਰ ਕੇਵਲ ਇਨਸਾਨਾਂ ਦੀ ਗੱਲ ਹੀ ਨਹੀਂ ਬਲਕਿ ਹਵਾ ਤੋਂ ਵੀ, ਪਾਣੀ ਤੋਂ ਵੀ, ਔਰ ਅਸੀਂ ਪਾਣੀ ਨੂੰ ਵੀ ਪ੍ਰਭਾਵਿਤ ਕਰ ਰਹੇ ਹਾਂ। ਹੁਣ ਇਹ ਆਮ ਹੀ ਲੋਕ ਦੁਹਾਈ ਦੇ ਰਹੇ ਆ ਵੀ ਪਾਣੀ ਦੂਸ਼ਿਤ ਹੋ ਰਿਹਾ, ਰਾਈਟ, ਹਵਾ ਨੂੰ ਦੂਸ਼ਿਤ ਕਰ ਰਿਹਾ, ਐਕਸ਼ਨਸ ਨਾਲ ਫਰਕ ਪੈ ਰਿਹਾ, ਕੋਈ ਸ਼ੱਕ ਨਹੀਂ, ਰਾਈਟ। ਔਰ ਇਹ ਜਿਹੜਾ ਮੰਨ ਲਓ ਮੈਂ ਗੰਦ ਪਾ ਰਿਹਾ, ਮੇਰੇ ਇਕੱਲੇ ਮੇਰੇ ਨਾਲ ਜਿਹੜੇ ਹੋਰ ਪਰ ਉਹ ਪਾ ਰਹੇ ਆ, ਪਰ ਜਿਹੜਾ ਖਮਿਆਜ਼ਾ ਜਿਹੜਾ ਉਹ ਦੂਜਿਆਂ ਨੂੰ ਭੁਗਤਣਾ ਪੈ ਰਿਹਾ। ਹੁਣ ਜਿਹੜੇ ਕਈ ਥਾਂ ਜਿਹੜੀਆਂ ਹੜ੍ਹ ਆ ਰਹੇ ਆ ਉਹ ਦੱਸ ਰਿਹਾ ਕਿ ਜੰਗਲ ਕੱਟ ਦਿੱਤੇ ਗਏ ਆ, ਸਾਡੀ ਆਪਣੀ ਜਿਹੜੀ ਉਹ ਸਾਡੇ ਆਪਣੇ ਕਾਰਨ ਗਲੀ ਕਾਰਨ ਬੇਮੁਕੂਫੀ ਕਾਰਨ ਆ ਰਹੇ ਆ, ਰਾਈਟ। ਹੁਣ ਜੇਕਰ ਉੱਥੇ ਕੋਈ ਹੜ੍ਹ ਤੋਂ ਪ੍ਰਭਾਵਿਤ ਹੋ ਰਿਹਾ ਉਹਦਾ ਕਸੂਰ ਕੋਈ ਨਹੀਂ, ਜਿਹੜੇ ਪਹਿਲੀ ਲੋਕ ਇੱਕ ਬੰਦਾ ਨਹੀਂ ਮਿਲਕੇ ਕਈ ਕਰ ਗਏ ਆ, ਇੱਕ ਬੰਦੇ ਨੇ ਜੰਗਲ ਤਾਂ ਨਹੀਂ ਕੱਟੇ, ਹੁਣ ਕੱਟੇ ਤਾਂ ਕਈਆਂ ਨੇ ਆ, ਬਿਲਕੁਲ। ਇਹਦੀ ਜਿਹੜਾ ਕਈ ਵਾਰ ਸਾਨੂੰ ਖਮਿਆਜ਼ਾ ਭੁਗਤਣਾ ਪੈਂਦਾ, ਔਰ ਸਮੂਹਕ ਤੌਰ 'ਤੇ ਜਿਹੜਾ ਕਈ ਵਾਰ ਕਿਸੇ ਨੇ ਐਕਸ਼ਨ ਕੀਤਾ ਹੁੰਦਾ ਉਹਦੇ ਤੋਂ ਅਸੀਂ ਪ੍ਰਭਾਵਿਤ ਹੁੰਦੇ ਹਾਂ, ਰਾਈਟ। ਇਸ ਲਈ ਕਰਮ ਬਾਰੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ। ਗੁਰਬਾਣੀ ਵੀ ਜਿਹੜੀ ਗੱਲ ਕੀਤੀ ਹੋਈ ਆ ਜੀ, ਉਹ ਜਦੋਂ ਜਿੱਦਾਂ ਪਾਵਨ ਬਾਣੀ ਦਾ ਫੁਰਮਾਨ ਆ ਕਿ ਦਾਦਾ ਦੋਸ਼ ਨਾ ਦੋ ਕਿਸੇ ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਵਰਜਨਾ, ਰਾਈਟ। ਹੁਣ ਇਸ ਨੂੰ ਅਸੀਂ ਸਮੂਹਕ ਰੂਪ ਵਿੱਚ ਭਾਵ ਲੈ ਲੈਂਦੇ ਹਾਂ ਕਿ ਜੇਕਰ ਮੇਰਾ ਆਪਣਾ ਦੋਸ਼ ਆ, ਜੇ ਤੁਸੀਂ ਮੇਰੇ ਨਾਲ ਮੇਰਾ ਹੱਕ ਮਾਰਦਾ ਤੁਹਾਡਾ ਕੀ ਦੋਸ਼ ਆ, ਦੋਸ਼ ਤਾਂ ਮੇਰਾ ਹੋਇਆ, ਮਤਲਬ ਇਹੀ ਭਾਵ ਨਿਕਲਿਆ ਫਿਰ ਕਿ ਜੇ ਤੁਸੀਂ ਮੇਰਾ ਹੱਕ ਮਾਰ ਲਿਆ ਤੁਹਾਡਾ ਦੋਸ਼ ਕੋਈ ਨਹੀਂ, ਦੋਸ਼ ਤਾਂ ਮੇਰਾ ਆਪਣਾ ਜੀ, ਮੈਂ ਚੁੱਪ ਸੋਚ ਕੇ ਚੁੱਪ ਕਰ ਬੈਠਾ, ਨਹੀਂ ਗੁਰਬਾਣੀ ਇਹ ਗੱਲ ਨਹੀਂ ਕਹਿੰਦੀ ਜੀ। ਇੱਥੇ ਜਿਹੜਾ ਪ੍ਰਕਰਨ ਚੱਲ ਰਿਹਾ ਜਿਹੜੀ ਰਾਹੋ ਦੀਆਂ ਪੰਕਤੀਆਂ ਉਹ ਦੱਸਿਆ ਹੋਇਆ ਕਿ ਜਿਹੜਾ ਬੰਦਾ ਕਿਉਂਕਿ ਵਿਦਵਾਨ ਨਾਲ ਗੱਲ ਹੋ ਰਹੀ ਆ, ਵੱਟੀ ਬਾਣੀ ਆ, ਗੁਰੂ ਸਾਹਿਬ ਕਹਿੰਦੇ ਆ ਕਿ ਜੇ ਇੱਕ ਆਦਮੀ ਕੋਈ ਵਿਦਵਾਨ ਬਣ ਗਿਆ, ਕੇਵਲ ਵਿਦਵਾਨ ਬਣਨ ਨਾਲ ਬੰਦਾ ਜਿਹੜਾ ਉਹ ਆਤਮਿਕ ਤ੍ਰਿਪਤੀ ਨਸੀਬ ਉਸਨੂੰ ਨਹੀਂ ਹੁੰਦੀ ਜੀ। ਜੇਕਰ ਮੰਨ ਲਓ ਸਿਧਾਂਤ ਦਾ ਪਤਾ ਲੱਗ ਗਿਆ, ਫਾਰ ਐਗਜ਼ਾਮਪਲ ਮੈਂ ਗੁਰਬਾਣੀ ਪੜ੍ਹਦਾ, ਵਿਚਾਰ ਦਾ ਮੈਨੂੰ ਪਤਾ ਲੱਗ ਗਿਆ ਗੁਰਬਾਣੀ ਆਹ ਕਹਿੰਦੀ ਆ ਜੀ, ਪਰ ਜੇ ਮੈਂ ਪ੍ਰੈਕਟੀਕਲੀ ਉਹਨੂੰ ਮੰਨਦਾ ਨਹੀਂ ਤਾਂ ਮੈਂ ਦੁਖੀ ਹੋਵਾਂਗਾ, ਪਰੇਸ਼ਾਨ ਹੋਵਾਂਗਾ ਜੀ, ਵਿਕਾਰਾਂ ਦੇ ਢੇਰ ਚੜਿਆ ਰਹਾਂਗਾ, ਮੇਰੇ ਜੀਵਨ ਦੀ ਪਵਿੱਤਰਤਾ ਨਹੀਂ ਹੋਣ ਲੱਗੀ। ਗੁਰੂ ਸਾਹਿਬ ਇਹ ਗੱਲ ਕਰ ਰਹੇ ਆ ਕਿ ਜੇਕਰ ਬਾਣੀ ਪੜ੍ਹਦਿਆਂ ਹੋਇਆਂ ਵੀ, ਚੰਗੇ ਕਰਮ ਕਰਦਿਆਂ ਹੋਇਆਂ ਵੀ, ਜਿਹੜੇ ਜ਼ਾਹਰਾ ਤੌਰ 'ਤੇ ਕਰ ਰਹੇ ਹਾਂ, ਮੈਨੂੰ ਸ਼ਾਂਤੀ ਨਹੀਂ ਮਿਲ ਰਹੀ ਜੀ, ਤਾਂ ਦੂਸਰਾ ਕੋਈ ਕਾਰਨ ਨਹੀਂ, ਕਾਰਨ ਮੈਂ ਮੈਨੂੰ ਆਪਣੇ ਦੇ ਟਟੋਲਣ ਦੀ ਲੋੜ ਆ, ਰਾਈਟ, ਕਿ ਜੇਕਰ ਮੈਂ ਪਾਠ ਕਰ ਰਿਹਾ ਤਾਂ ਮੈਨੂੰ ਫਿਰ ਵੀ ਸ਼ਾਂਤੀ ਨਹੀਂ ਮਿਲ ਰਹੀ ਤਾਂ ਕਿਉਂ ਨਹੀਂ ਮਿਲ ਰਹੀ? ਠੀਕ, ਮੇਰਾ ਆਪਣਾ ਕਰਮ ਆ। ਇਸ ਲਈ ਭਗਤ ਨਾਮਦੇਵ ਦਾ ਇੱਕ ਪਾਵਨ ਸ਼ਬਦ ਆ, ਉਹ ਕਹਿੰਦੇ ਆ ਕਿ ਜੇਕਰ ਤੂੰ ਕਰਮ ਕਾਂਡ ਕਰ ਰਿਹਾ ਔਰ ਕਰਮ ਕਾਂਡ ਕਰਦਿਆਂ ਤੈਨੂੰ ਤਸੱਲੀ ਨਹੀਂ ਹੋਈ, ਸ਼ਾਂਤੀ ਨਹੀਂ ਮਿਲੀ, ਤਾਂ ਕਿਸੇ ਨੂੰ ਦੋਸ਼ ਨਾ ਦੇਈਂ, ਬਲਕਿ ਆਪਣੇ ਆਪ ਨੂੰ ਡਟੋਲ, ਕਿਉਂਕਿ ਤੇਰਾ ਆਪਣਾ ਦੋਸ਼ ਆ ਜੀ, ਕਿਉਂਕਿ ਤੂੰ ਉਸ ਰਸਤੇ 'ਤੇ ਚੱਲਿਆ ਨਹੀਂ। ਤੂੰ ਗੁਰੂ ਸਾਹਿਬ ਇੱਥੇ ਉਹ ਗੱਲ ਕਰ ਰਹੇ ਆ ਕਿ ਜੇਕਰ ਇਹ ਕਰਦਿਆਂ ਹੋਇਆਂ ਵੀ ਤੈਨੂੰ ਸ਼ਾਂਤੀ ਨਹੀਂ ਮਿਲ ਰਹੀ, ਤ੍ਰਿਪਤੀ ਨਹੀਂ ਹੋਈ, ਅਤੇ ਇਹਦੇ ਵਿੱਚ ਕਿਸੇ ਦੂਸਰੇ ਦਾ ਦੋਸ਼ ਨਹੀਂ ਬਲਕਿ ਤੇਰਾ ਆਪਣਾ। ਜਿਵੇਂ ਬਾਬਾ ਫਰੀਦ ਸਾਹਿਬ ਦਾ ਇੱਕ ਬਹੁਤ ਸ਼ਬਦ ਆ ਜੀ, ਉਹ ਕਹਿੰਦੇ ਆ ਮੁਝ ਅਵਗੁਣ ਸ਼ਹਿ ਨਾਹੀਂ ਦੋਸ਼, ਕਿ ਜੇਕਰ ਮੈਂ ਇਹ ਕਠਿਨ ਤਪੱਸਿਆ ਕਰ ਰਿਹਾ ਜੀ, ਪਰ ਫਿਰ ਵੀ ਮੈਨੂੰ ਪ੍ਰੀਤਮ ਦਾ ਮਿਲਾਪ ਨਹੀਂ ਹੋਇਆ, ਤਾਂ ਇਹਦੇ ਪ੍ਰੀਤਮ ਦਾ ਦੋਸ਼ ਨਹੀਂ ਬਲਕਿ ਮੇਰਾ ਆਪਣੇ ਵਿੱਚ ਹੀ ਆ, ਮੇਰੇ ਆਪਣੇ ਵਿੱਚ ਕੋਈ ਕਮਜ਼ੋਰੀ ਆ, ਦੋਸ਼ ਤੋਂ ਬਾਅਦ ਮੇਰੇ ਆਪਣੇ ਵਿੱਚ ਕਮਜ਼ੋਰੀ ਆ ਕੋਈ। ਲੇਕਿਨ ਕਰਮਾਂ ਤੋਂ ਬਗੈਰ ਤਾਂ ਕੁਛ ਪਾਇਆ ਨਹੀਂ, ਬਿਨ ਕਰਮਾਂ ਕਿਸ ਪਾਈਏ ਨਾ ਹੀ, ਜੇ ਬਹੁਤ ਤੇਰਾ ਤਾਂ ਆਵੇ ਅਸੀਂ ਕਹਿੰਦੇ ਹੈਗੇ ਹਾਂ। ਜਾਂ ਇੱਕ ਮਿਸਾਲ ਲੈ ਲਈਏ, ਘਰ ਦੇ ਵਿੱਚ ਇੱਕੋ ਦੋ ਬੱਚੇ ਜਨਮ ਲੈਂਦੇ ਨੇ, ਇੱਕ ਚੰਗਾ ਬਣ ਜਾਂਦਾ, ਇੱਕ ਮਾੜਾ ਬਣ ਜਾਂਦਾ, ਇਹ ਫਿਰ ਕਿਉਂ ਜਦੋਂ ਕਿ ਸੇਮ ਪਰਵਰਿਸ਼ ਹੋ ਰਹੀ ਸਭ ਕੁਝ, ਜੇ ਕਰਮਾਂ ਦਾ ਕੋਈ ਉਸ 'ਤੇ ਇੰਪੈਕਟ ਨਹੀਂ ਪੈ ਰਿਹਾ ਤਾਂ ਫਿਰ ਕਿਸ ਤਰ੍ਹਾਂ ਹੋ ਰਿਹਾ ਸਰ? ਨਹੀਂ, ਤੁਹਾਡਾ ਬੜਾ ਵਧੀਆ ਕੁਐਸਚਨ ਆ, ਆਮ ਪੁੱਛਿਆ ਜਾਂਦਾ, ਖੈਰ ਸਵਾਲ ਉੱਠਦਾ ਕਰਮ ਫਲਾਸਫੀ ਸੰਬੰਧੀ, ਜਿੱਦਾਂ ਪਹਿਲਾਂ ਅਸੀਂ ਗੱਲ ਕਰ ਚੁੱਕੇ ਹਾਂ ਜੀ ਕਿ ਜਿਹੜਾ
ਫਿਜ਼ੀਕਲੀ ਜਿਹੜਾ ਸਰੀਰਕ ਤੌਰ ਤੇ ਜਿਹੜਾ ਇਹਦੇ ਵਿੱਚ ਜਿਹੜਾ ਇਹ ਸਾਡੇ ਕਿਵੇਂ ਸਾਡੇ ਵਾਤਾਵਰਨ ਦਾ ਨਹੀਂ ਮੈਂ ਸੁਭਾਅ ਦੀ ਗੱਲ ਕਰ ਰਿਹਾ ਮੈਂ ਇੱਕ ਸੁਭਾਅ ਦੀ ਗੱਲ ਸੁਭਾਅ ਬਾਰੇ ਗੁਰੂ ਸਾਹਿਬ ਦਾ ਬੜਾ ਸਪਸ਼ਟ ਫਰਮਾਨ ਆ ਕਿ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕਹਿੰਦੇ ਮੇਰੇ ਵਾਹਿਗੁਰੂ ਜੀ ਨੇ ਇੱਕ ਬੜਾ ਅਦਭੁਤ ਵਿਚਿੱਤਰ ਖੇਲ ਰਚਿਆ ਹੈ ਠੀਕ ਹੈ ਕੋਈ ਨਾ ਕਿਸੇ ਜਿਹਾ ਉਪਾਇਆ ਠੀਕ ਹੈ ਇੱਥੇ ਸ਼ਕਲ ਸੁਰਤ ਤੋਂ ਭਾਵ ਨਹੀਂ ਗਾ ਜੇ ਉਹ ਵੀ ਲੈ ਲਈਏ ਰਾਈਟ ਪਰ ਗੁਰੂ ਸਾਹਿਬ ਅੱਗੇ ਗੱਲ ਕਰ ਰਹੇ ਆ ਉਹ ਕਹਿੰਦੇ ਆ ਕਿ ਫਰਕ ਕਰਕੇ ਆਵੇ ਫਰਕ ਕਰੇ ਵੇਖ ਵਿਕਸੈ ਸਭ ਰਸ ਦੇਹੀ ਮਾਹਾ ਹੈ ਇਹ ਗੁਰਬਾਣੀ ਦਾ ਫਰਮਾਨ ਆ ਕਿ ਵਾਹਿਗੁਰੂ ਜੀ ਨੇ ਇੱਕ ਬੜੀ ਅਦਭੁਤ ਖੇਲ ਰਚੀ ਆ ਠੀਕ ਕਿ ਕੋਈ ਵੀ ਉਸਨੇ ਦੂਜਾ ਉਹਦੇ ਵਰਗਾ ਨਹੀਂ ਬਣਾਇਆ ਜੇ ਚਾਰ ਭਰਾ ਚਾਰਾਂ ਭਰਾਵਾਂ ਦੇ ਵੱਖਰਾ ਸੁਭਾਅ ਹੈ ਸੁਭਾਅ ਜਿਹੜਾ ਵੱਖੋ ਵੱਖਰਾ ਹੁਣ ਗੁਰੂ ਸਾਹਿਬ ਜਦੋਂ ਨਜ਼ਰ ਮਾਰਦੇ ਆ ਤਾਂ ਉਹ ਵਿਸਮਾਦਿਤ ਉੱਠਦੇ ਆ ਜੀ ਅਸੀਂ ਹੁੰਦੇ ਹਾਂ ਸਾਨੂੰ ਕਰਮਾਂ 'ਚ ਚੇਤਾ ਆ ਜਾਂਦਾ ਰਾਈਟ ਕਿਉਂਕਿ ਸਾਡੇ ਜ਼ਿਹਨ ਵਿੱਚ ਉਹ ਗੱਲ ਬੈਠੀ ਹੋਈ ਆ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਸਵਾਲ ਇਹ ਆਉਂਦਾ ਜੀ ਤਾਂ ਗੁਰੂ ਸਾਹਿਬ ਕਹਿੰਦੇ ਮੇਰੇ ਵਾਹਿਗੁਰੂ ਦਾ ਅਦਭੁਤ ਖੇਲ ਆ ਰਾਈਟ ਕਿ ਹਰ ਬੰਦਾ ਯੂਨੀਕ ਆ ਰਾਈਟ ਹਰ ਦਾ ਜਿਹੜਾ ਆਪਣੀ ਸੁਤੰਤਰ ਹਸਤੀ ਆ ਉਹ ਆਪਣੇ ਆਪ ਵਿੱਚ ਸੁਤੰਤਰ ਆ ਜੀ ਉਹਦੀ ਆਪਣੀ ਹਸਤੀ ਆ ਕਿ ਉਹ ਵਾਹਿਗੁਰੂ ਜੀ ਨੇ ਇੱਕ ਬੰਦੇ ਨੂੰ ਦੂਜੇ ਵਰਗਾ ਨਹੀਂ ਬਣਾਇਆ ਰਾਈਟ ਸੋ ਕਰਮਾਂ ਦੀ ਨਹੀਂ ਉਹ ਖੇਡ ਉਹ ਇੱਕ ਵਾਹਿਗੁਰੂ ਯੂਨੀਕਨੈਸ ਉਹਦੀ ਜਿਹੜੀ ਵਾਹਿਗੁਰੂ ਨੇ ਜਿਹੜੇ ਇੱਕ ਬੰਦੇ ਨੂੰ ਸੁਤੰਤਰਤਾ ਬਖਸ਼ੀ ਆ ਉਹ ਚੀਜ਼ ਹੈ ਜਿਹੜੀ ਉਹਦੇ ਜਿਹੜੀ ਆਧਿਕ ਜਿਹੜੀ ਆ ਉਹ ਬੰਦਾ ਇੰਨਾ ਗੁਲਾਮ ਨਹੀਂ ਗਾ ਬਲਕਿ ਇਹਨੂੰ ਸੁਤੰਤਰਤਾ ਦੇ ਦਿੱਤੀ ਆ ਵਾਹਿਗੁਰੂ ਜੀ ਨੇ ਦੂਜੀਆਂ ਜੂਨੀਆਂ ਨੂੰ ਇਹ ਸੁਤੰਤਰਤਾ ਨਹੀਂ ਦਿੱਤੀ ਰਾਈਟ ਇਹ ਸੁਤੰਤਰਤਾ ਜਿਹੜੀ ਕੇਵਲ ਜਿਹੜੀ ਆ ਇਹ ਮਨੁੱਖ ਨੂੰ ਹੀ ਬਖਸ਼ੀ ਆ ਤੋ ਇਸ ਲਈ ਗੁਰੂ ਸਾਹਿਬ ਆ ਜਾਂਦੇ ਆ ਕਿ ਵਾਹਿਗੁਰੂ ਆਪ ਹੀ ਇਹੋ ਜਿਹਾ ਫਰਕ ਪਾ ਕੇ ਵੇਖਦਾ ਪ੍ਰਸੰਨ ਹੁੰਦਾ ਉਹਨੇ ਸਾਰੇ ਰਸ ਦੇਹ ਵਿੱਚ ਪਾ ਦਿੱਤੇ ਆ ਠੀਕ ਹੈ ਹੁਣ ਇਹ ਸਾਡੀ ਮਰਜ਼ੀ ਆ ਕਿ ਅਸੀਂ ਕਿਹੜਾ ਰਸ ਮਾਨਣਾ ਇਹਦੇ ਬਾਰੇ ਹੋਰ ਗੱਲ ਪਾਇਆ ਜ਼ਹਿਰ ਵੀ ਪਾਇਆ ਬਿਲਕੁਲ ਅੰਮ੍ਰਿਤ ਪਾਇਆ ਜ਼ਹਿਰ ਪਾਇਆ ਲੇਕਿਨ ਉਸ ਦੇ ਨਾਲ ਫਿਰ ਉਹੀ ਗੱਲ ਆ ਗਈ ਜੇ ਕਰਮਾਂ ਦਾ ਕੁਛ ਨਹੀਂ ਮਿਲਣਾ ਤਾਂ ਫਿਰ ਕੁਛ ਕਰਨ ਦੀ ਕੀ ਲੋੜ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਬੜਾ ਇੰਟਰਸਟਿੰਗ ਇਹ ਟੋਪਿਕ ਹੈਗਾ ਇਸ ਵਿੱਚ ਹੋਰ ਡੈਲਵ ਕਰਨੇ ਹੈ ਕਿ ਗੁਰਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ ਕਰਮ ਫਿਲੋਸਫੀ ਦੇ ਸੰਬੰਧ ਵਿੱਚ ਗੱਲਬਾਤ ਕਰ ਰਹੇ ਹਾਂ ਅਤੇ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਸਾਂਝ ਪਾ ਰਹੇ ਨੇ ਆਓ ਹੋਰ ਗੱਲਬਾਤ ਕਰ ਰਹੇ ਹਾਂ ਕਿਉਂਕਿ ਇੱਕ ਬੜਾ ਹੀ ਇੰਟਰਸਟਿੰਗ ਟੋਪਿਕ ਹੈ ਅਤੇ ਅਸੀਂ ਇਹੀ ਸਮਝਦੇ ਹਾਂ ਕਿ ਗੁਰਬਾਣੀ ਸਾਨੂੰ ਇਹ ਉਪਦੇਸ਼ ਕਰਦੀ ਹੈ ਕਿ ਜੋ ਕੁਝ ਹੋ ਰਿਹਾ ਸਾਡੇ ਨਾਲ ਸਾਡੇ ਕਰਮਾਂ ਅਨੁਸਾਰ ਕਰਮਾਂ ਕਰਕੇ ਹੀ ਹੋ ਰਿਹਾ ਪਰ ਜੋ ਭਾਈ ਸਾਹਿਬ ਗੱਲ ਕਰ ਰਹੇ ਨੇ ਅਤੇ ਗੁਰਬਾਣੀ ਦਾ ਹੀ ਸਹਾਰਾ ਲੈ ਕੇ ਜੋ ਗੱਲ ਕਰ ਰਹੇ ਆਓ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ ਭਾਈ ਸਾਹਿਬ ਸੋ ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੂ ਬਾਬਾ ਰੇ ਕਰਮਾਂ ਦੇ ਨਾਲ ਬੜੇ ਸਾਰੇ ਸ਼ਬਦ ਜਿਹੜੇ ਨੇ ਉਹ ਆਉਂਦੇ ਹੈਗੇ ਨੇ ਐਂਡ ਅਗੇਨ ਇਹ ਵਿਦ ਯੂ ਰਿਗਾਰਡਸ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਰਹਾਓ ਦੀ ਤੁੱਕ ਸ਼ਾਇਦ ਕੁਝ ਹੋਰ ਕਹਿੰਦੇ ਹੋਏ ਅਸੀਂ ਇੱਕੋ ਹੀ ਤੁੱਕ ਨੂੰ ਲੈ ਕੇ ਅੱਗੇ ਗੱਲਬਾਤ ਕਰ ਲੈਂਦੇ ਹਾਂ ਲੇਕਿਨ ਫਿਰ ਵੀ ਜੇ ਕਰਮ ਦੀ ਇਹ ਕੋਈ ਗੱਲ ਹੈ ਹੀ ਨਹੀਂ ਤਾਂ ਫਿਰ ਕੁਝ ਕਰਨ ਦੀ ਲੋੜ ਕੀ ਹੈ ਫਿਰ ਤਾਂ ਇੱਕ ਇਨਸਾਨ ਨੇ ਸਾਨੂੰ ਪਤਾ ਹੈ ਕਿ ਅਲਟੀਮੇਟਲੀ ਜੋ ਕੁਝ ਹੈਗਾ ਉਹ ਰੱਬ ਦੀ ਇਹ ਖੇਡ ਹੈਗੀ ਹੈ ਚੱਲ ਰਹੀ ਹੈ ਚੱਲਣ ਦਿਓ ਪਰ ਗੁਰੂਆਂ ਨੇ ਸਾਨੂੰ ਪ੍ਰੋਐਕਟਿਵ ਕੀਤਾ ਕਿ ਜੋ ਤੁਸੀਂ ਕਰਨਾ ਉਸ ਵਿੱਚ ਰਿਐਕਟਿਵ ਨਾ ਹੋਵੋ ਪ੍ਰੋਐਕਟਿਵ ਹੋ ਕੇ ਆਪਣੇ ਜੀਵਨ ਵਿੱਚ ਤਬਦੀਲੀ ਲਿਆਓ ਸੋ ਫਿਰ ਕਿਸ ਤਰੀਕੇ ਨਾਲ ਇਹਨੂੰ ਸਮਝੀਏ ਅਤੇ ਇਸ ਨੂੰ ਗ੍ਰਹਿਣ ਕਰੀਏ ਦੇਖੋ ਜਿਹੜੀ ਅਸੀਂ ਗੱਲ ਸ਼ੁਰੂ ਕੀਤੀ ਸੀਗੀ ਉਹ ਸੀ ਕਰਮ ਫਿਲਾਸਫੀ ਸੰਬੰਧੀ ਜੋ ਪਿਛਲੇ ਕਰਮਾਂ ਨਾਲ ਜੋੜਦੀ ਹੈ ਰਾਈਟ ਵੀ ਜੋ ਅਸੀਂ ਹੁਣ ਹਾਂ ਜਾਂ ਉਹ ਪਿਛਲੇ ਕਰਮਾਂ ਕਰਮ ਦਾ ਬਿਲਕੁਲ ਐਂ ਜੋ ਅੱਗੇ ਹੋਵਾਂਗੇ ਉਹ ਇੱਥੇ ਜੋ ਕੁਝ ਕਰਮ ਦੀ ਗੱਲ ਅਸੀਂ ਜਿਹੜੀ ਉਸ ਐਂਗਲ ਤੋਂ ਗੱਲ ਕਰ ਰਹੇ ਹਾਂ ਰਾਈਟ ਅਸੀਂ ਇਹ ਨਹੀਂ ਕਹਿ ਰਹੇ ਕਿ ਕਰਮ ਦਾ ਕੋਈ ਜਿਹੜਾ ਸਾਡੇ ਜੀਵਨ ਵਿੱਚ ਸਾਡੀ ਲਾਈਫ ਵਿੱਚ ਉਹਦਾ ਕੋਈ ਜਿਹੜਾ ਰੋਲ ਨਹੀਂ ਗਾ ਠੀਕ ਹੈ ਇਹ ਮੇਰੇ ਵੀਰ ਭੈਣ ਕਨਫਿਊਜ਼ ਨਾ ਹੋਣ ਅਸੀਂ ਇਹ ਗੱਲ ਨਹੀਂ ਕਰ ਰਹੇ ਅਸੀਂ ਸਿਰਫ ਫਿਲਹਾਲ ਇਹ ਗੱਲ ਕਰ ਰਹੇ ਹਾਂ ਕਿ ਜੋ ਇਹ ਆਖਿਆ ਜਾਂਦਾ ਸੀਗਾ ਜੇਕਰ ਜੇ ਮੈਂ ਦੁਖੀ ਹਾਂ ਤਾਂ ਇਸ ਕਰਕੇ ਦੁਖੀ ਹਾਂ ਕਿ ਪਿਛਲਾ ਮੇਰਾ ਕਰਮ ਮਾੜਾ ਜੇ ਮੇਰਾ ਕੋਈ ਹੁਣ ਵਧੀਕੀ ਕਰ ਰਿਹਾ ਤਾਂ ਇਹਦਾ ਜਿਹੜਾ ਕਾਰਨ ਆ ਉਹ ਪਿਛਲਾ ਆਮ ਆਮ ਸੁਣਨ ਨੂੰ ਮਿਲਦਾ ਕਿ ਜੀ ਇਹ ਮੇਰੇ ਪਿਛਲੇ ਕਰਮਾਂ ਦੀ ਖੇਡ ਹੈਗੀ ਹੈ ਜੋ ਮੈਨੂੰ ਹੁਣ ਮਿਲ ਰਿਹਾ ਹੈਗਾ ਆਮ ਤੌਰ 'ਤੇ ਸੁਣਨੇ ਇਹ ਜਿਹੜੀ ਮਨ ਨੂੰ ਤਸੱਲੀ ਦੇਣ ਲਈ ਜਿਹੜੀ ਆ ਗੱਲ ਠੀਕ ਆ ਓਕੇ ਮਤਲਬ ਸਿਰਫ ਤਸੱਲੀ ਦੇਣ ਲਈ ਔਰ ਹੋ ਸਕਦਾ ਜਿਹੜੇ ਪੁਰਾਣੇ ਲੋਕ ਸੀ ਕਿਸੇ ਨੇ ਕਿਉਂਕਿ ਉਹਦੇ ਕੌਂਸਲਿੰਗ ਇਸ ਤਰ੍ਹਾਂ ਤਾਂ ਨਹੀਂ ਸੀ ਹੁੰਦੀ ਰਾਈਟ ਹੋ ਸਕਦਾ ਲੋਕਾਂ ਨੂੰ ਕੌਂਸਲਿੰਗ ਦੇ ਖਿਆਲ ਨਾਲ ਹੀ ਕਿਸੇ ਨੇ ਇਹ ਆਖਿਆ ਹੋਵੇ ਤਸੱਲੀ ਦਿੱਤੀ ਹੋਵੇ ਕਿ ਵੀ ਬੰਦਾ ਤਸੱਲੀ ਕਰ ਲਵੇ ਸ਼ਾਂਤੀ ਰਹਿ ਸ਼ਾਂਤ ਹੋ ਜਾਵੇ ਜੀ ਪਰ ਫਿਰ ਧਰਮ ਲੋਕਾਂ ਦੇ ਹੱਥ ਆ ਗਈ ਅਤੇ ਉਹਨਾਂ ਲੋਕਾਂ ਨੇ ਤਾਂ ਕੁਝ ਕਚੁੰਬਰ ਕੱਢ ਦਿੱਤਾ ਰਾਈਟ ਯੂਜ਼ ਕਰ ਦਿੱਤਾ ਬਿਲਕੁਲ ਜਸਬੀਰ ਸਿੰਘ ਜੀ ਲੇਕਿਨ ਅਸੀਂ ਕਿੱਥੋਂ ਤਾਂ ਆਏ ਹਾਂ ਨਾ ਜੀ ਇਹ ਆਤਮਾ ਜਿਹੜੀ ਆਈ ਹੈ ਕਿੱਥੋਂ ਤਾਂ ਆਈ ਹੈਗੀ ਹੈ ਅਲਟੀਮੇਟਲੀ ਜਿਸ ਤੋਂ ਵੀ ਆਏ ਸੀ ਜਿਹੜੇ ਅਸੀਂ ਪੁਨਰ ਜਨਮ ਦੀ ਗੱਲ ਕਰਦੇ ਹਾਂ ਇਨ ਰੀਇਨਕਾਰਨੇਸ਼ਨ ਦੀ ਗੱਲ ਕਰਨੀ ਅਸੀਂ ਪਿਛਲੇ ਐਪੀਸੋਡ ਵਿੱਚ ਥੋੜ੍ਹਾ ਜਿਹਾ ਟੱਚ ਕੀਤਾ ਸੀ ਇਸ ਨਾਲ ਥੋੜ੍ਹਾ ਜਿਹਾ ਰਿਲੇਟ ਕਰ ਲਈਏ ਕਿ ਜੋ ਕੁਝ ਪਿੱਛੇ ਸੀ ਅਸੀਂ ਕੋਈ ਜੋ ਅਸੀਂ ਕਹਿੰਦੇ ਹਾਂ ਕਿ ਜੀ ਕੋਈ ਕਾਂ ਸੀ ਕੋਈ ਮੱਝ ਸੀ ਕੋਈ ਸੂਰ ਸੀ ਕੋਈ ਕੁਝ ਸੀ ਅਸੀਂ ਉਹ 84 ਲੱਖ ਦੀਆਂ ਜੂਨਾਂ ਭੋਗ ਕੇ ਹੁਣ ਸਰਵ ਉੱਤਮ ਜਿਹੜੀ ਜੂਨੀ ਹੈਗੀ ਹੈ ਇਨਸਾਨ ਦੀ ਹਿਊਮਨ ਲਾਈਫ ਸਾਨੂੰ ਮਿਲੀ ਹੈਗੀ ਹੈ ਇਹ ਇਹ ਮੰਨਦੇ ਹਾਂ ਕਿ ਨਹੀਂ ਮੰਨਦੇ ਹੈਗੇ ਨਹੀਂ ਗੁਰਬਾਣੀ ਨਹੀਂ ਮੰਨਦੀ ਹੈ ਗੁਰਬਾਣੀ ਨਹੀਂ ਗੁਰਬਾਣੀ ਦੇ ਕੋਈ ਸ਼ਬਦ ਜਿਹੜੇ ਆ ਇੰਟਰਪ੍ਰੀਟ ਇਸ ਤਰ੍ਹਾਂ ਕੀਤੇ ਜਾਂਦੇ ਆ ਜੀ ਅਸੀਂ ਖੈਰ ਖੁੱਲ੍ਹ ਕੇ ਗੱਲ ਅੱਗੇ ਕਰਾਂਗੇ ਆਪਾਂ ਕਰਮ ਦੀ ਗੱਲ ਪੂਰੀ ਕਰ ਲਈਏ ਸ਼ੋਰ
ਕਿਉਂਕਿ ਵਿੱਚੇ ਰਹਿ ਗਈ ਗੱਲ ਐਬਸੋਲੂਟਲੀ ਹੈ ਸ਼ੋਰ ਤੋਂ ਕਰਮ ਦੀ ਗੱਲ ਕਰ ਰਹੇ ਸੀ ਕਿ ਕਰਮ ਜਿਹੜਾ ਅਸੀਂ ਜਦੋਂ ਪਿਛਲੇ ਕਰਮ ਦੀ ਗਾਉਂਦੀ ਅਸੀਂ ਗੱਲ ਕਰ ਰਹੇ ਹਾਂ ਕੰਡਮ ਕਰ ਰਹੇ ਹਾਂ ਉਹਨੂੰ ਕਰ ਰਹੇ ਹਾਂ ਰਾਈਟ ਪਰ ਜਿਹੜਾ ਸਾਡਾ ਵਰਤਮਾਨ ਦਾ ਕਰਮ ਆ ਉਹ ਤੇ ਜੇ ਮੰਨ ਲਓ ਮੈਂ ਵਿਦਿਆਰਥੀ ਹਾਂ ਹੁਣ ਜੇ ਮੈਂ ਪੜ੍ਹੂੰਗਾ ਨਹੀਂ ਮਨ ਲਾ ਕੇ ਤਾਂ ਪਾਸ ਨਹੀਂ ਹੋਊਂਗਾ ਬਿਲਕੁਲ ਇਹ ਨਹੀਂ ਕਿ ਮੇਰਾ ਮੈਂ ਫਿਰ ਹੀ ਪਾਸ ਹੋ ਜਾਊਂਗਾ ਜੇਕਰ ਮੈਂ ਹਾਂ ਜੇਕਰ ਮੈਂ ਮਿਹਨਤ ਕਰਕੇ ਵੀ ਪਾਸ ਨਹੀਂ ਹੋ ਰਿਹਾ ਕਿਉਂਕਿ ਕਈ ਥਾਂ ਜਿਹੜੇ ਆ ਉਹ ਬੜਾ ਪ੍ਰਸ ਸਿਸਟਮ ਆ ਜੀ ਜੀ ਕਰਪਟ ਸਿਸਟਮ ਆ ਉੱਥੇ ਜਿਹੜਾ ਜੇ ਕਰਪਟ ਸਿਸਟਮ ਕਰਕੇ ਮੈਂ ਪਾਸ ਹੋ ਕੇ ਵੀ ਪਾਸ ਨਹੀਂ ਹੋ ਰਿਹਾ ਤਾਂ ਇਹ ਮੇਰੇ ਕਰਮ ਦਾ ਫਲ ਨਹੀਂ ਇਹ ਜਿਹੜਾ ਕਰਪਟ ਸਿਸਟਮ ਆ ਇਹ ਉਹਦਾ ਨਤੀਜਾ ਸਾਨੂੰ ਦੋਵਾਂ ਦਾ ਫਰਕ ਸਮਝਣ ਦੀ ਲੋੜ ਆ ਜੀ ਕਿ ਜੇਕਰ ਮੰਨ ਲਓ ਮੈਂ ਕਸਰਤ ਨਹੀਂ ਕਰੂੰਗਾ ਤਾਂ ਮੈਂ ਬਿਮਾਰ ਹੋ ਜਾਊਂਗਾ ਮੈਂ ਚੰਗਾ ਖਾਵਾਂ ਹੈਲਦੀ ਖੁਰਾਕ ਖਾਵਾਂ ਕਸਰਤ ਨਾ ਕਰਾਂ ਜੀ ਤਾਂ ਮੈਂ ਬਿਮਾਰ ਜ਼ਰੂਰ ਬਿਮਾਰੀ ਲੱਗ ਜਾਣਗੇ ਮੈਨੂੰ ਦਿਲੀ ਜਿਹੜੀ ਐਕਸਰਸਾਈਜ਼ ਕਰਨੀ ਜ਼ਰੂਰੀ ਆ ਜੀ ਇਹ ਸਾਡਾ ਕਰਮ ਜਿਹੜਾ ਸਾਡਾ ਪ੍ਰਭਾਵਿਤ ਹੁੰਦਾ ਅਸੀਂ ਜੀ ਗੱਲ ਕਰ ਰਹੇ ਸੀ ਜਿਹੜੀ ਅਸੀਂ ਸਿਰਫ ਉਹਦੀ ਗੱਲ ਕੰਡੈਮ ਕਰ ਰਹੇ ਹਾਂ ਜੋ ਜਿਹੜੀ ਪਿਛਲੇ ਪਹਿਲੇ ਜਨਮ ਦੀ ਗੱਲ ਕਰ ਰਹੇ ਸੀਗੇ ਰਾਈਟ ਉਹ ਦੇਖੋ ਤੁਸੀਂ ਇਹ ਪਿੱਛੇ ਦੀ ਇੱਕ ਟੋਰਾਂਟੋ ਤੁਸੀਂ ਖਬਰ ਸੁਣੀ ਹੋਣੀ ਆ ਕਿ ਇੱਕ ਸਿੱਖ ਪਰਿਵਾਰ ਵਿੱਚੋਂ ਸੀ ਉਹ ਸੱਜਣ ਜੀ ਕਿ ਜਿਹੜਾ ਆਪਣਾ ਕੋਈ ਸ਼ਰਧਾਲੂ ਸੀਗਾ ਅਤੇ ਉਹਦੀ ਵਾਈਫ ਨੂੰ ਆਖ ਲੱਗਾ ਕਿ ਪਿਛਲੇ ਜਨਮ ਵਿੱਚ ਮੇਰੀ ਵਾਈਫ ਸੀ ਇਹ ਉਹ ਸ਼ਰਧਾਲੂ ਸੀ ਤਾਂ ਉਹ ਕਹਿੰਦਾ ਮਹਾਰਾਜ ਤੁਹਾਡੀ ਸੀ ਅਤੇ ਚਲੋ ਤੁਹਾਡੀ ਸੀ ਭਾਵੇਂ ਪਰਿਵਾਰ ਨੇ ਸਮਝਾਇਆ ਉਹਨੂੰ ਪਰ ਉਹ ਕਹਿੰਦਾ ਮੇਰਾ ਤਾਂ ਉਹਨਾਂ ਦਾ ਆਪਸ ਤੁਹਾਨੂੰ ਕੀ ਇਹਦੇ ਵਿੱਚ ਠੀਕ ਹੈ ਮਤਲਬ ਇਹ ਪਿੱਛੇ ਟੋਰਾਂਟੋ ਵਿੱਚ ਵਾਪਰੀ ਸੀਗੀ ਰਾਈਟ ਇਹਦਾ ਸੁਪਨਾ ਦੇਖਿਆ ਸੀ ਹੁਣ ਸੁਪਨਾ ਕੋਈ ਦਿਖਾ ਸਕਦਾ ਪਿਛਲਾ ਜਨਮ ਜੋ ਮਰਜ਼ੀ ਗੱਪਾਂ ਮਾਰੀ ਜਾਓ ਰਾਈਟ ਲੇਕਿਨ ਇਹਦੇ 'ਚ ਰਿਗਰੈਸ਼ਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਈ ਅੱਜ ਸਾਇੰਸ ਵੀ ਇਹ ਕਹਿੰਦੀ ਹੈ ਜਸਬੀਰ ਸਿੰਘ ਜੀ ਕਿ ਪਿਛਲੇ ਜਨਮ ਦੇ ਵਿੱਚ ਕਈ ਵਾਰੀ ਜਿਸ ਤਰ੍ਹਾਂ ਕਹਿ ਦਿੰਦਾ ਜੀ ਕਿ ਉਹ ਬੱਚਾ ਸੀ ਉਸ ਘਰ ਦੇ ਵਿੱਚ ਸੀ ਉਹ ਉਸ ਥਾਂ 'ਤੇ ਲੈ ਕੇ ਜਾਂਦਾ ਹੈ ਉੱਥੇ ਉਹੀ ਸਭ ਕੁਝ ਹੈਗਾ ਉਹਦਾ ਮਾਂ ਸੀ ਉਹ ਪਿਓ ਜੋ ਵੀ ਹੈਗਾ ਸੋ ਉਹ ਅੱਜ ਤਾਂ ਸਾਇੰਸ ਵੀ ਰਿਗਰੈਸ਼ਨ ਦੇ ਵਿੱਚ ਬਿਲੀਵ ਕਰ ਰਹੀ ਹੈਗੀ ਦੇਖੋ ਗੁਰਬਾਣੀ ਦਾ ਜਿਹੜਾ ਅਸੀਂ ਗੱਲ ਕਰਦੇ ਹਾਂ ਗੁਰਬਾਣੀ ਦੀ ਰਾਈਟ ਗੁਰਬਾਣੀ ਨੇ ਕਿਸ ਰੂਪ ਵਿੱਚ ਲਿਆ ਹੋਇਆ ਅਸੀਂ ਉਹਦੀ ਗੱਲ ਕਰਾਂਗੇ ਠੀਕ ਮੈਂ ਫਿਰ ਸ਼ਬਦ ਦੁਹਰਾ ਦੇਵਾਂ ਕਿ ਅਸੀਂ ਕਿਉਂਕਿ ਰੀਇਨਕਾਰਨੇਸ਼ਨ ਤੋਂ ਪਹਿਲਾਂ ਅਸੀਂ ਕਰਮ ਵੱਲ ਮੁੜ ਕੇ ਆ ਜਾਈਏ ਜੀ ਤਾਂ ਕਿ ਜਿਹੜੀ ਗੱਲ ਵਿੱਚ ਅਧੂਰੀ ਨਾ ਰਹਿ ਜਾਵੇ ਕਿਉਂਕਿ ਕਰਮ ਨਾਲ ਹੀ ਆਵਾਗਮਨ ਕਰਮ ਨਾਲ ਜੁੜਿਆ ਹੋਇਆ ਠੀਕ ਹੈ ਅਤੇ ਇਹ ਲਈ ਪਹਿਲਾਂ ਇਹਨੂੰ ਸਮਝਣਾ ਬੜਾ ਜ਼ਰੂਰੀ ਆ ਰਾਈਟ ਕਿ ਜਿਹੜੀ ਕਰਮ ਦੀ ਗੱਲ ਆਈ ਹੈ ਗੁਰੂ ਸਾਹਿਬ ਨੇ ਕਰਮ ਤੋਂ ਮਨੁੱਖ ਨੂੰ ਰੋਕਿਆ ਨਹੀਂ ਤੁਸੀਂ ਸਵਾਲ ਉਠਾਇਆ ਸੀ ਵੀ ਬੰਦਾ ਚੰਗੇ ਕਰਮ ਕਿਉਂ ਕਰੇ ਯਾ ਹੁਣ ਜੇ ਵੱਲੋਂ ਮੈਂ ਚੰਗੇ ਕਰਮ ਨਹੀਂ ਕਰਦਾ ਤਾਂ ਮੈਂ ਸਮਾਜ ਨੂੰ ਕੀ ਦੇਣ ਦੇਊਂਗਾ ਜੇ ਮੰਨ ਲਓ ਮੈਂ ਐਕਸਰਸਾਈਜ਼ ਨਹੀਂ ਕਰਦਾ ਤਾਂ ਮੈਂ ਆਪ ਬਿਮਾਰ ਹੋਊਂਗਾ ਰਾਈਟ ਆਪ ਦੁਖੂੰਗਾ ਪਰਿਵਾਰ ਨੂੰ ਦੁਖੀ ਕਰੂੰਗਾ ਜੀ ਹੁਣ ਮੈਂ ਜੇ ਜੋ ਨਿਯਮ ਬਣੇ ਆ ਟ੍ਰੈਫਿਕ ਦੇ ਉਹ ਨਿਯਮ ਪਾਲਣ ਨਹੀਂ ਕਰੂੰਗਾ ਐਕਸੀਡੈਂਟ ਕਰਾਊਂਗਾ ਆਪ ਮਰੂੰਗਾ ਦੂਜਿਆਂ ਨੂੰ ਮਰੂੰਗਾ ਠੀਕ ਹੈ ਜੇ ਮੈਂ ਚੰਗਾ ਨਾਗਰਿਕ ਨਹੀਂ ਬਣਦਾ ਤਾਂ ਮੈਂ ਦੂਜਿਆਂ ਨੂੰ ਭ੍ਰਸ਼ਟ ਆਪ ਭ੍ਰਸ਼ਟ ਹੋਇਆ ਹੋਇਆ ਦੂਜਿਆਂ ਨੂੰ ਭ੍ਰਸ਼ਟ ਕਰੂੰਗਾ ਜੀ ਲਈ ਕਰਮ ਤੂੰ ਗੁਰੂ ਸਾਹਿਬ ਨੇ ਰੋਕਿਆ ਨਹੀਂ ਬਲਕਿ ਗੁਰੂ ਸਾਹਿਬ ਨੇ ਆਖਿਆ ਕਿ ਮਨ ਦਾ ਮੂਲ ਨਾ ਕੀ ਚਾਹੀ ਦੇ ਲੰਮੀ ਨਜ਼ਰ ਨਿਹਾਲੀ ਹੈ ਗੁਰੂ ਸਾਹਿਬ ਨੇ ਤੁਹਾਨੂੰ ਇਹ ਸਮਝਾਇਆ ਜੀ ਕਿ ਜਿਹੜਾ ਤੂੰ ਕਰਮ ਕਰਨ ਲੱਗਾ ਤੋ ਉਸਦਾ ਜ਼ਰੂਰ ਸੋਚ ਰਾਈਟ ਕਿ ਇਹਦਾ ਜਿਹੜਾ ਉਹ ਨਤੀਜਾ ਕੀ ਨਿਕਲਣਾ ਠੀਕ ਹੈ ਬਸ ਅੰਨੇ ਵਾਹ ਨਾ ਖਾਮੀ ਕੇ ਕਰੀ ਜਾ ਬਲਕਿ ਸੋਚ ਕਿ ਮੈਂ ਇਹ ਕੰਮ ਕਰਨ ਲੱਗਾ ਜਾਂ ਮੈਂ ਬੋਲਣ ਲੱਗਾ ਜਾਂ ਕਰਨ ਲੱਗਾ ਇਹਦਾ ਰਿਐਕਸ਼ਨ ਕੀ ਹੋਊਗਾ ਬਿਲਕੁਲ ਪਰ ਇਹ ਕਰਮ ਨੂੰ ਜੇਕਰ ਨਹੀਂ ਜੋੜੀ ਨਹੀਂ ਰਿਹਾ ਇਹ ਕਰਮ ਚੰਗਾ ਜਾਂ ਮਾੜਾ ਜਿਹੜਾ ਹੈਗਾ ਤਾਂ ਫਿਰ ਤਾਂ ਨਲ ਹੋ ਗਿਆ ਖਤਮ ਹੋ ਗਿਆ ਵੋਇਡ ਹੋ ਗਿਆ ਜੇ ਚੰਗਾ ਕਰ ਰਹੇ ਹੋ ਤਦ ਵੀ ਉਹਦਾ ਕੋਈ ਤੁਹਾਨੂੰ ਬੈਨੀਫਿਟ ਨਹੀਂ ਮਿਲ ਰਿਹਾ ਜੇ ਮਾੜਾ ਕਰ ਰਹੇ ਹੋ ਤਦ ਵੀ ਨਹੀਂ ਬੈਨੀਫਿਟ ਮਿਲ ਰਹੇ ਅਤੇ ਅੱਜ ਸਮਾਜ ਵਿੱਚ ਸ਼ਾਇਦ ਇਹੀ ਸੋਚ ਪ੍ਰਚਲਿਤ ਹੋ ਕੇ ਤੁਸੀਂ ਦੇਖ ਰਹੇ ਹੋ ਕਿ ਅੱਜ ਜਿਹੜੇ ਭ੍ਰਿਸ਼ਟ ਲੋਕ ਨੇ ਉਹ ਮੌਜਾਂ ਲੈ ਰਹੇ ਨੇ ਅਤੇ ਜਿਹੜਾ ਇਮਾਨਦਾਰ ਹੈਗਾ ਉਹ ਵਿਚਾਰਾ ਪਿਸਦਾ ਜਾ ਰਿਹਾ ਹੈ ਦੇਖੋ ਨਹੀਂ ਫਿਰ ਗੱਲ ਉਹੀ ਆ ਗਈ ਕਿ ਜਿਹੜੇ ਆ ਬੈਨੀਫਿਟ ਇਹ ਨਹੀਂ ਕਹਿ ਰਿਹਾ ਮੈਂ ਕਿ ਬੈਨੀਫਿਟ ਨਹੀਂ ਮਿਲਦਾ ਗੁਰੂ ਸਾਹਿਬ ਇਹ ਨਹੀਂ ਆਖਿਆ ਕਿ ਬੈਨੀਫਿਟ ਦੱਸਿਆ ਕਿ ਜੇ ਅਸੀਂ ਮਿਹਨਤ ਕਰਾਂਗੇ ਚੰਗੇ ਕਰਮ ਕਰਦੇ ਹਾਂ ਚੰਗੇ ਇਨਸਾਨ ਬਣਦੇ ਹਾਂ ਠੀਕ ਹੈ ਅਸੀਂ ਜੇ ਖਾਣ ਪੀਣ ਦਾ ਖਿਆਲ ਰੱਖਾਂਗੇ ਅਸੀਂ ਉਹਨਾਂ ਬੈਨੀਫਿਟ ਲਵਾਂਗੇ ਮਤਲਬ ਇਹਦਾ ਜੇ ਅਸੀਂ ਮਿਹਨਤ ਕਰਾਂਗੇ ਕਾਮਯਾਬ ਹੋਵਾਂਗੇ ਰਾਈਟ ਜੇ ਤੁਸੀਂ ਮੰਨ ਲਓ ਇੱਥੇ ਆਉਣ ਤੱਕ ਬੈਠ ਕਿੰਨੀ ਮਿਹਨਤ ਕੀਤੀ ਆ ਜੀ ਮਿਹਨਤ ਕੀਤੀ ਤਾਂ ਹੀ ਬੈਠੇ ਜੇ ਬਿਲਕੁਲ ਜੇ ਮਿਹਨਤ ਨਾਲ ਥੋੜੇ ਬੈਠਣਾ ਸੀਗਾ ਠੀਕ ਗੁਰੂ ਸਾਹਿਬ ਇਹ ਤਾਂ ਤੂੰ ਨਹੀਂ ਰੋਕ ਰਹੇ ਕਿ ਕਰਮ ਤਾਂ ਅਸੀਂ ਕਰਨੇ ਹਾਂ ਠੀਕ ਗੁਰੂ ਸਾਹਿਬ ਜੋ ਗੁਰੂ ਸਾਹਿਬ ਉਸ ਸੋਚ ਤੁਹਾਨੂੰ ਤੁਹਾਨੂੰ ਉੱਪਰੋਂ ਉਭਾਰ ਰਹੇ ਆ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਜਿਹੜੇ ਭ੍ਰਿਸ਼ ਲੋਕ ਆ ਮੋਜਾਂ ਮਾਨ ਰਹੇ ਆ ਜੀ ਉਹ ਇਸੇ ਕਰਕੇ ਮੰਨ ਰਹੇ ਆ ਕਿ ਅਸੀਂ ਮੰਨ ਲਿਆ ਕਿ ਇਹਨਾਂ ਲੋਕਾਂ ਦੇ ਪਿਛਲੇ ਕਰਮ ਚੰਗੇ ਆ ਰਾਈਟ ਜੇ ਅੱਜ ਲੋਕੀ ਸਾਰੇ ਜਾਗ ਜਾਣ ਕਿ ਭ੍ਰਿਸ਼ਟ ਲੋਕ ਆ ਬੇਈਮਾਨ ਲੋਕ ਆ ਠੀਕ ਇਹਨਾਂ ਦੀਆਂ ਕੁਰਸੀਆਂ ਜਿਹੜੀਆਂ ਖੋਹ ਲੈਣ ਕਿਉਂਕਿ ਅਸੀਂ ਮੰਨ ਚੁੱਕੇ ਹੋਏ ਹਾਂ ਜੀ ਇਸ ਲਈ ਅਸੀਂ ਉਹਨਾਂ ਨੂੰ ਸਤਿਕਾਰ ਦਿੰਦੇ ਹਾਂ ਬੜੇ ਸਤਿਕਾਰਯੋਗ ਆ ਜਿਹੜੇ ਬੇਈਮਾਨ ਲੋਕ ਆ ਕਪਟੀ ਲੋਕ ਆ ਪਖੰਡੀ ਲੋਕ ਆ ਉਹ ਸਤਿਕਾਰ ਦੇ ਅਧਿਕਾਰੀ ਨਹੀਂ ਗੇ ਜੀ ਪਰ ਇਸ ਸਿਸਟਮ ਕਰਕੇ ਇਸ ਕਰਮ ਫਿਲਾਸਫੀ ਕਰਕੇ ਅਸੀਂ ਤਸੱਲੀ ਕਰ ਲੈਂਦੇ ਹਾਂ ਸੰਤੁਸ਼ਟ ਹੋ ਜਾਂਦੇ ਹਾਂ ਜੀ ਇਹਨਾਂ ਦੇ ਚੰਗੇ ਭਾਗ ਚਰਿਆਂ ਦੇ ਇਹਨਾਂ ਜਿਹੜੇ ਚੰਗੇ ਫਲ ਪੁੰਨ ਕੀਤੇ ਹੋਏ ਪਿਛਲੇ ਜਨਮ 'ਚ ਰਾਈਟ ਜਿਹੜਾ ਬੰਦਾ ਵੱਢੀ ਖਾ ਕੇ ਬੇਈਮਾਨੀ ਕਰਕੇ ਹੇਰਾ ਫੇਰੀ ਕਰਕੇ ਇਹੋ ਜਿਹੀਆਂ ਮੌਜਾਂ ਮਾਰ ਰਿਹਾ ਉਹਦੇ ਕਰਮ ਚੰਗੇ ਆ ਰਾਈਟ ਉਹ ਚੰਗੇ ਕਰਮਾਂ ਦਾ ਨਤੀਜਾ ਜੀ
ਹਰਗਿਜ਼ ਨਹੀਂ, ਗੁਰੂ ਸਾਹਿਬ ਨੇ ਐਸਾ ਨਹੀਂ ਆਖਿਆ। ਇਸ ਲਈ ਗੁਰੂ ਸਾਹਿਬ ਨੇ ਹਰ ਅਨਿਆਂ ਦੇ ਵਿਰੁੱਧ, ਹਰ ਜ਼ੁਲਮ ਦੇ ਵਿਰੁੱਧ, ਹਰ ਪਖੰਡ ਦੇ ਵਿਰੁੱਧ ਆਵਾਜ਼ ਉਠਾਈ ਆ। ਬਿਲਕੁਲ, ਗੁਰੂ ਸਾਹਿਬ ਦਾ ਕਰਮ ਹੀ ਸੀਗਾ। ਬਿਲਕੁਲ, ਔਰ ਗੁਰੂ ਸਾਹਿਬ ਸਿੱਖਾਂ ਨੂੰ ਉਤਸ਼ਾਹ ਦਿੱਤਾ, ਸਿੱਖਾਂ ਨੇ ਕਰਮ ਕੀਤਾ ਜੀ, ਔਰ ਸਿੱਖਾਂ ਨੇ ਲੰਮਾ ਸੰਘਰਸ਼ ਲੜਿਆ। ਰਾਈਟ, ਔਰ ਦੇਖੋ ਸਿੱਖਾਂ ਨੇ ਸੰਘਰਸ਼ ਲੜਿਆ, ਤੁਸੀਂ ਇੱਕ ਵੀ ਐਗਜ਼ਾਮਪਲ ਆਪਣੇ ਇਤਿਹਾਸ ਵਿੱਚੋਂ ਪੇਸ਼ ਨਹੀਂ ਕਰ ਸਕਦੇ ਜੀ ਕਿ ਕਿਸੇ ਸਿੱਖ ਨੇ ਬੰਦ ਬੰਦ ਕਟਾਉਂਦਿਆਂ ਹੋਇਆਂ, ਖੋਪਰੀਆਂ ਲਵਾਉਂਦਿਆਂ ਹੋਇਆਂ, ਚਰਖੀਆਂ ਚੜ੍ਹਦੇ ਹੋਇਆਂ ਇਹ ਆਖਿਆ ਹੋਵੇ ਕਿ ਮੈਨੂੰ ਅੱਗੇ ਜਿਹੜਾ ਉਹ ਸਵਰਗ ਮਿਲੂਗਾ। ਰਾਈਟ, ਉਹਨੇ ਇਹ ਗੱਲ ਨਹੀਂ ਆਖੀ। ਬਿਲਕੁਲ, ਉਹਨੇ ਆਖਿਆ ਮੇਰੇ ਗੁਰੂ ਨੇ ਹੁਕਮ ਦਿੱਤਾ, ਮੈਨੂੰ ਇਹ ਜੀਵਨ ਜਾਚ ਸਿਖਾਈ ਆ ਠੀਕ ਕਿ ਤੂੰ ਆਪ ਜਿਉਣਾ ਅਣਖ ਨਾਲ ਔਰ ਦੂਜਿਆਂ ਨੂੰ ਜਿਉਣ ਦਾ ਹੱਕ ਦੇਣਾ। ਰਾਈਟ, ਔਰ ਮੈਂ ਗੁਰੂ ਦੇ ਆਸ਼ੇ ਉੱਤੇ ਆਪਣਾ ਆਪ ਹੱਸ ਹੱਸ ਕੇ ਵਾਰ ਰਿਹਾ। ਕਿਧਰੇ ਵੀ ਨਹੀਂ ਆਉਂਦਾ ਕਿ ਕਿਸੇ ਨੇ ਅੱਗੇ ਦੀ ਗੱਲ ਆਖੀ ਹੋਵੇ ਕਿ ਨਹੀਂ ਮੈਨੂੰ ਗੁਰੂ ਬਾਹਾਂ ਉਲਾਰ ਕੇ ਉਡੀਕ ਰਿਹਾ। ਰਾਈਟ, ਭਾਵੇਂ ਇਤਿਹਾਸ ਵੀ ਸਾਡਾ ਮਿਲਗੋਬਾਨ ਕਰਕੇ ਇਤਿਹਾਸ ਵਿੱਚ ਗੁਰੂ ਸਾਹਿਬ ਦੇ ਮੂੰਹ ਕਢਵਾਇਆ ਹੋਇਆ। ਰਾਈਟ, ਪਰ ਫਿਰ ਵੀ ਕਿਸੇ ਸਿੱਖ ਦੀ ਜ਼ਬਾਨ ਵਿੱਚੋਂ ਸਾਨੂੰ ਇੱਕ ਵੀ ਸ਼ਬਦ ਨਹੀਂ ਮਿਲਦਾ ਕਿ ਕਿਸੇ ਸਿੱਖ ਦੇ ਤਸੀਹੇ ਸਹਿੰਦਿਆਂ ਹੋਇਆਂ ਕਿਸੇ ਸਿੱਖ ਨੇ ਇਹ ਆਖਿਆ ਹੋਵੇ ਕਿ ਮੈਨੂੰ ਅੱਗੇ ਇਹਦਾ ਫਲ ਮਿਲੇਗਾ। ਸੋ ਲੇਖੇ ਦਾ ਕੋਈ ਕਨਸੈਪਟ ਨਹੀਂ ਹੈ ਤੁਹਾਡਾ, ਇਹ ਕਹਿ ਰਹੇ ਹੋ? ਲੇਖਾ ਜਿਹੜਾ ਸਾਨੂੰ ਹੁਣ ਹੀ ਜਿਹੜਾ ਜੀ ਜਿਹੜਾ ਗੁਰੂ ਸਾਹਿਬ ਨੇ ਬਾਣੀ ਦਾ ਫਰਮਾਨ ਆ, ਚਿਤ੍ਰਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੀ ਜਿਹੜਾ ਸੀ, ਇਹਦੇ ਬਾਰੇ ਅਸੀਂ ਕਹਿੰਨੇ ਆ। ਦੇਖੋ ਜਿਹੜਾ ਚਿਤ੍ਰਗੁਪਤ ਦਾ ਕਨਸੈਪਟ ਆ ਕੀ ਆ, ਅਸੀਂ ਸਮਾਂ ਅੱਗੇ ਬਣਿਆ ਤੁਹਾਡੇ ਕੋਲ ਹੋਇਆ ਤਾਂ ਅਸੀਂ ਪੂਰਾ ਜਿਹੜਾ ਇੱਕ ਪ੍ਰੋਗਰਾਮ ਆ ਸ਼ੋਰ ਉਹ ਚਿਤ੍ਰਗੁਪਤ, ਧਰਮ ਰਾਏ, ਜਮਦੂਤ ਇਹਨਾਂ ਦੇ ਵੱਖੋ ਵੱਖਰੇ ਕਰਾਂਗੇ ਤਾਂ ਕਿ ਗੁਰਬਾਣੀ ਵਿੱਚ ਜਿਹੜੇ ਸ਼ਬਦ ਵਰਤੇ ਗਏ ਇਹਨਾਂ ਬਾਰੇ ਸਪਸ਼ਟ ਹੋ ਸਕੇ। ਬਿਲਕੁਲ, ਕਲੈਰੀਫਿਕੇਸ਼ਨ ਰੂਪ ਵਿੱਚ ਲਿਆ ਗਿਆ ਆ ਕਿਉਂਕਿ ਅਸੀਂ ਜੇ ਇਸ ਪਾਸੇ ਪੈ ਗਏ ਤਾਂ ਗੱਲ ਸਾਡੀ ਵਿਚੇ ਰਹਿ ਜਾਣੀ ਹੈ। ਰਾਈਟ, ਸੋ ਉਹ ਵਾਪਸ ਉਸੇ ਦੇ ਨਾਲ ਆਉਂਦੇ ਕਿਉਂਕਿ ਜਦੋਂ ਲੇਖੇ ਦੀ ਅਸੀਂ ਗੱਲ ਕਰਦੇ ਹਾਂ ਕਰਮਾਂ ਨਾਲ ਹੀ ਲੇਖਾ ਮਿਲਣਾ ਹੈ, ਇਹ ਅਸੀਂ ਕਹਿੰਦੇ ਹੈਗੇ ਹਾਂ। ਤੋ ਜੇ ਕਰਮਾਂ ਦਾ ਕੁਝ ਹੈ ਹੀ ਨਹੀਂ, ਸਿਰਫ ਇਸੀ ਜੀਵਨ ਦੇ ਵਿੱਚ ਜੋ ਹੁਣ ਅਸੀਂ ਕਰ ਰਹੇ ਹਾਂ ਇੱਥੇ ਹੀ ਸਭ ਕੁਝ ਰਹਿ ਜਾਣਾ ਹੈ। ਅਗੇਨ ਵਿਡਿਊ ਰਿਗਾਰਡ, ਜਿਸ ਤਰ੍ਹਾਂ ਤੁਸੀਂ ਕਿਹਾ ਬਿਲਕੁਲ ਠੀਕ ਹੈਗਾ ਕਿ ਫਿਊਚਰ ਬਾਰੇ ਗੁਰੂ ਸਾਹਿਬ ਨੇ ਸਾਨੂੰ ਕੋਈ ਪ੍ਰਮਾਣ ਨਹੀਂ ਸਾਨੂੰ ਮਿਲਦਾ ਗੁਰਬਾਣੀ ਦੇ ਵਿੱਚ, ਲੇਕਿਨ ਉਸ ਤੋਂ ਇਲਾਵਾ ਜਿਹੜਾ ਹੈਗਾ ਪਰ ਇਹਦਾ ਕਨਸੈਪਟ ਤਾਂ ਕੁਝ ਹੋਏਗਾ ਨਾ ਜਿਹੜਾ ਗੁਰੂ ਸਾਹਿਬ ਨੇ ਲਿਆਂਦਾ, ਲੇਖੇ ਦੀ ਗੱਲ ਕੀਤੀ, ਕਰਮਾਂ ਦੀ ਗੱਲ ਕੀਤੀ, ਨਹੀਂ ਤਾਂ ਸਮਾਜ ਦੇ ਵਿੱਚ ਤਾਂ ਭ੍ਰਿਸ਼ਟਾਚਾਰ ਹੀ ਭ੍ਰਿਸ਼ਟਾਚਾਰ ਹੋ ਜਾਏ, ਕੋਈ ਚੰਗੇ ਲੋਕ ਹੀ ਨਾ ਰਹਿ ਜਾਣ, ਕੁਛ ਡਰ ਤਾਂ ਹੈਗਾ ਨਾ। ਦੇਖੋ ਇਹ ਗੱਲ ਆਮ ਹੀ ਸਵਾਲ ਉਠਾਇਆ ਜਾਂਦਾ ਹੈ। ਪਹਿਲੀ ਮੈਂ ਗੱਲ ਗੁਰਬਾਣੀ ਦਾ ਪ੍ਰਮਾਣ ਦੇ ਲਵਾਂ ਜੀ। ਸ਼ੋਰ, ਗੁਰੂ ਸਾਹਿਬ ਕਹਿੰਦੇ ਦਿਨ ਰਾਤ ਕਮਾਈ ਅੜਿਓ ਸੋ ਆਇਓ ਮਾਥੈ, ਕਿ ਦਿਨ ਰਾਤ ਜੋ ਤੂੰ ਕਮਾ ਰਿਹਾ ਜੀ, ਮਤਲਬ ਕਰਮ ਕਰ ਰਿਹਾ ਠੀਕ, ਉਹ ਮੈਂ ਹੱਥਾਂ ਨਾਲ ਕਰ ਰਿਹਾ, ਜ਼ਬਾਨ ਨਾਲ ਕਰ ਰਿਹਾ, ਸੁਣ ਰਿਹਾ, ਜੋ ਕੋਈ ਤੇਰੀ ਉਹ ਵਿਅਕਤਿਤਵ ਦਾ, ਤੇਰੀ ਸ਼ਖਸੀਅਤ ਦਾ ਉਹ ਹਿੱਸਾ ਬਣ ਰਿਹਾ ਠੀਕ। ਅਸੀਂ ਜੋ ਕੁਝ ਹੈਗੇ ਹਾਂ ਅਸੀਂ ਇੱਕ ਦਿਨ 'ਚ ਨਹੀਂ ਬਣ ਗਏ, ਬਿਲਕੁਲ, ਜੋ ਸਾਡੇ ਸੰਸਕਾਰ ਆ ਸਾਡੇ ਨਾਲ ਡਿਵੈਲਪ ਹੋ ਰਹੇ ਹਾਂ, ਇਹ ਸਾਡੀ ਡਿਵੈਲਪ ਹੋ ਰਹੀ ਆ ਠੀਕ। ਜੋ ਅਸੀਂ ਪੜ੍ਹੇ ਆ, ਸੁਣੇ ਆ, ਚੁਗਰੇ ਤੇ ਆਲੇ ਦੁਆਲੇ ਦੇਖੇ ਆ, ਇਹ ਸਾਡੀ ਸੋਚ ਨੂੰ ਪ੍ਰਭਾਵਿਤ ਕਰ ਰਿਹਾ, ਅਸੀਂ ਦੂਜੇ ਨੂੰ ਪ੍ਰਭਾਵਿਤ ਕਰ ਰਹੇ ਹਾਂ। ਰਾਈਟ, ਇਸ ਲਈ ਇਹ ਨਹੀਂ ਕਿ ਕਰਮ ਜਿਹੜਾ ਕਰਮ ਕਿਸੇ ਨੂੰ ਕੋਈ ਪ੍ਰਭਾਵਿਤ ਨਹੀਂ ਕਰ ਰਿਹਾ, ਅਸੀਂ ਕਰਮ ਤੋਂ ਪ੍ਰਭਾਵਿਤ ਨਹੀਂ ਹੋ ਰਹੇ। ਇਸ ਜਨਮ ਵਿੱਚ ਜਿਹੜਾ ਤੁਹਾਨੂੰ ਪਹਿਲਾਂ ਅਸੀਂ ਗੱਲ ਕਰ ਚੁੱਕੇ ਹਾਂ ਕਿ ਸਾਡੇ ਕਈ ਕਰਮ ਜਿਹੜੇ ਆ ਉਹ ਸਦੀਆਂ ਤੱਕ ਦੂਜਿਆਂ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਆ, ਮਤਲਬ ਸਾਨੂੰ ਹੀ ਨਹੀਂ, ਅੱਜ ਹੀ ਨਹੀਂ ਬਲਕਿ ਸਾਡੇ ਜਾਣ ਤੋਂ ਮਗਰੋਂ ਵੀ ਪ੍ਰਭਾਵਿਤ ਕਰਦੇ ਰਹਿੰਦੇ ਆ ਜੀ। ਪਰ ਗੱਲ ਅਸੀਂ ਆਪਣੀ ਕਰ ਰਹੇ ਹਾਂ, ਉਹ ਦੂਸਰਿਆਂ ਨੂੰ ਪ੍ਰਭਾਵਿਤ ਕਰਦੇ ਨੇ ਪਰ ਤੁਹਾਨੂੰ ਨਹੀਂ ਪ੍ਰਭਾਵਿਤ ਕਰਦੇ, ਮਰਨ ਤੋਂ ਬਾਅਦ ਤੁਹਾਨੂੰ ਨਹੀਂ ਪ੍ਰਭਾਵਿਤ ਕਰਦੇ ਤੁਹਾਡਾ, ਮਰਨ ਤੋਂ ਬਾਅਦ ਸਾਨੂੰ ਜੋ ਹੁਣ ਜਿਹੜੇ ਕਰ ਰਹੇ ਅਸੀਂ ਉਹਦਾ ਫਿਕਰ ਕਰੀਏ। ਰਾਈਟ, ਜਿਹੜਾ ਅਸੀਂ ਜਿਹੜਾ ਹੁਣ ਜਿਹੜਾ ਯੁੱਗ ਸਾਡੇ ਸਾਹਮਣੇ ਆ ਰਿਹਾ, ਰਾਈਟ, ਸਾਨੂੰ ਉਹਦਾ ਫਿਕਰ ਕਰਨ ਦੀ ਲੋੜ ਆ। ਇਹ ਜੀ ਅਗੇਨ ਇਸੀ ਤੁਕ ਤੋਂ ਮੈਂ ਚਾਹਾਂਗਾ ਕਿ ਅਗਲੇ ਹਫ਼ਤੇ ਅਸੀਂ ਸ਼ੁਰੂ ਕਰੀਏ ਕਿਉਂਕਿ ਅਗੇਨ ਸਮਾਂ ਨਹੀਂ ਅੱਗੇ ਦੇ ਰਿਹਾ, ਬਹੁਤ ਇੰਪੋਰਟੈਂਟ ਡਿਸਕਸ਼ਨ ਹੈ। ਹੋਰ ਕੀ ਜੋ ਤੁਸੀਂ ਰਿਸਰਚ ਕੀਤੀ ਜੋ ਗੁਰਬਾਣੀ ਕਹਿੰਦੀ ਹੈ ਇਸ ਬਾਰੇ ਸਾਨੂੰ ਦੱਸੋਗੇ, ਇਸ ਬਾਰੇ ਅਸੀਂ ਅਗਲੇ ਹਫ਼ਤੇ ਤੁਹਾਡੇ ਨਾਲ ਮੁੜ ਤੋਂ ਸਾਂਝ ਪਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਇਹ ਸੀਰੀਜ਼ ਜੋ ਸ਼ੁਰੂ ਕੀਤੀ ਹੈ ਬਹੁਤ ਇੰਟਰਸਟਿੰਗ ਹੈ, ਕਾਫੀ ਇਸ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਜੇਕਰ ਤੁਹਾਡੇ ਕੋਲ ਵੀ ਕੋਈ ਸਵਾਲ ਹੋਏ ਤਾਂ ਸਾਡੇ ਤੱਕ ਜ਼ਰੂਰ ਪਹੁੰਚਾਉਣਾ ਤਾਂ ਕਿ ਅਸੀਂ ਭਾਈ ਸਾਹਿਬ ਤੱਕ ਉਹ ਪਹੁੰਚਾ ਕੇ ਉਹਦਾ ਜਵਾਬ ਲੈ ਸਕੀਏ। 604-603-7575 ਜਾਂ ਫਿਰ ਈਮੇਲ ਰਾਹੀਂ harpreetsingshow@gmail.com। ਇਹਨਾਂ ਪ੍ਰੋਗਰਾਮਸ ਨੂੰ ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ youtube.com/harpreetsingshow ਦੇ ਜਾ ਕੇ। ਧੰਨਵਾਦ ਹੀ ਅਸੀਂ ਆਪਣੇ ਸਪੋਂਸਰ ਅਤੇ ਐਡਵਰਟਾਈਜ਼ਰਸ ਦੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਨਾਲ ਹੀ ਆਪ ਜੀ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਕੰਟੀਨਿਊ ਰੱਖਣ ਵਾਸਤੇ ਤੁਸੀਂ ਜ਼ਰੂਰ ਸਾਡਾ ਸਾਥ ਦਿਓ, ਕਿਉਂਕਿ ਅਸੀਂ ਨਾ ਕਿਸੇ ਸੰਸਥਾ ਨਾਲ ਜੁੜੇ ਹਾਂ ਨਾ ਹੀ ਕੋਈ ਆਰਗਨਾਈਜੇਸ਼ਨ ਨਾਲ। ਇਸੀ ਕਰਕੇ ਉਹ ਇਸ਼ੂਜ਼ ਜਿਨ੍ਹਾਂ ਦੇ ਕਿ ਬਾਰੇ ਸਾਨੂੰ ਅਸੀਂ ਸਮਝਦੇ ਹਾਂ ਕਿ ਗੱਲਬਾਤ ਹੋਣੀ ਚਾਹੀਦੀ ਹੈ ਉਹ ਨਿਰੰਤਰ ਅਸੀਂ ਲੈ ਕੇ ਆਉਂਦੇ ਹਾਂ। ਇਸ ਵਾਸਤੇ ਜ਼ਰੂਰ ਐਡਵਰਟਾਈਜ਼ਮੈਂਟ ਜਾਂ ਤੁਸੀਂ ਸਪੋਂਸਰਸ਼ਿਪ ਰਾਹੀਂ ਸਪੋਰਟ ਦੇ ਸਕਦੇ ਹੋ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।